ਸੇਲ ਦੇ ਵਿੱਚ ਵਾਧਾ ਕੀਮਤਾਂ ਦੇ ਵਿੱਚ ਵਾਧਾ ਜੂਨ ਦੇ ਨਾਲੋਂ ਜਾਂ ਮਈ ਦੇ ਨਾਲੋਂ ਵਾਧਾ ਹੋ ਜਵੇ ਇਹ ਗੱਲ ਮੰਨਣ ਯੋਗ ਸੀ ਪਰ 2019 ਦੀ ਜੁਲਾਈ ਨਾਲੋਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਇਹ ਗੱਲ ਅਜੇ ਵੀ ਬੜੀ ਸਮਾਜ ਤੋਂ ਬਾਹਰ ਹੈ ਬਿਲਕੁਲ ਲੋਕ ਅੰਦਾਜ਼ਾ ਲਾ ਰਹੇ ਆ ਵੀ ਹੋਣੀ ਹੋ ਰਿਹਾ ਇਹ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਜਦੋਂ ਸਰਕਾਰ ਦੇ ਪੈਕੇਜ ਆ ਮਦਦ ਖਤਮ ਹੋ ਗਈ ਇਹ ਮਾਰਕੀਟ ਡਿੱਗ ਜਾਣੀ ਤੁਸੀਂ ਇਹ ਕਹੋ ਕਿ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜੇ ਕੋਈ ਪ੍ਰਾਪਰਟੀ ਉਸ ਰੇਟ ਤੇ ਡਿਜ਼ਰਵ ਕਰਦੀ ਹੈ ਤਾਂ ਫਿਰ ਉਸ ਨੂੰ ਸੁਚੇਤ ਹੋ ਕੇ ਲਓ ਜੇ ਤੁਸੀਂ ਕਿਸ਼ਟਾ ਮੋੜ ਸਕਦੇ ਹੋ ਤਾਂ ਇਸ ਦੁਵਿਧਾ 'ਚ ਨਾ ਪਾਓ ਕਿ 2 ਮਹੀਨੇ ਬਾਅਦ ਸਸਤੀਆਂ ਹੋ ਜਾਣਗੀਆਂ ਪ੍ਰਾਪਰਟੀ ਐ। ਉਹ 3 ਮਿਲੀਅਨ ਵਾਲਾ 29 ਲੱਖ ਦਾ ਹੋ ਜਾਏ ਹੈਰਾਨੀ ਵਾਲੀ ਗੱਲ ਨਹੀਂ। ਪਰ ਜਿਹੜਾ 9 ਲੱਖ ਦਾ ਉਹ 8 ਦਾ ਹੋਏ ਇਹ ਗਲਤ ਹੈ। ਜਿਹੜੇ ਵਿਅਕਤੀ ਉਸ ਵੇਲੇ ਇਹੋ ਜੇ ਗਲਤ ਪ੍ਰਚਾਰ ਦੇ ਸ਼ਿਕਾਰ ਹੋ ਗਏ ਉਹਨਾਂ ਨੇ ਇੱਕ ਜਾਂ ਦੋ ਮਹੀਨੇ ਰੋਕ ਕੇ ਹੁਣ ਸਾਡੇ ਕੋਲ ਦੁਬਾਰਾ ਆ ਕੇ ਕਹਿ ਰਹੇ ਨੇ ਕਿ ਪ੍ਰਾਪਰਟੀ ਖਰੀਦਣੀ ਐ। ਉਹੀ ਵਿਅਕਤੀ ਜਿਨ੍ਹਾਂ ਨੂੰ ਉਦੋਂ 50000 ਥੱਲੇ ਪ੍ਰਾਪਰਟੀ ਮਿਲਣੀ ਸੀ ਹੁਣ ਉਹ ਹੋਰ ਰੇਟ ਉੱਪਰ ਗਏ ਉਹਦਾ ਕਾਰਨ ਕੀ ਹੋਇਆ ਕਾਰਨ ਇਹ ਸੀ ਕਿ ਸਪਲਾਈ ਇਨੀ ਨਹੀਂ ਸੀ ਮਾਰਕੀਟ ਦੇ ਵਿੱਚ ਵਧੀਆ ਪ੍ਰਾਪਰਟੀਆਂ ਦੇਣੀਆਂ ਨਹੀਂ ਸੀ ਸੈਲਰ ਸੋਚਦੇ ਸੀ ਕਿ ਸ਼ਾਇਦ ਪਤਾ ਨਹੀਂ ਸਾਨੂੰ ਵੇਚਣਾ ਚਾਹੀਦਾ ਜਾਂ ਨਹੀਂ ਪਰ ਬਾਹਰ ਵੱਡੀ ਗਲਤੀ ਸੀ ਜਿੱਥੇ ਵੀ ਪ੍ਰਾਪਰਟੀ ਦੇ ਰੇਟ ਵਧੇ ਆ ਟੋਰਾਂਟੋ ਦੇ ਵਿੱਚ ਵੀ ਪ੍ਰਾਪਰਟੀ ਦੇ ਰੇਟ ਵਧੇ ਆ ਇਹ ਦੋ ਮਨ 방ਾਂ ਦੇ ਤੇ ਸਪਲਾਈ ਘੱਟ ਸੀ ਇਹ ਕਿਸ ਤਰ੍ਹਾਂ ਦੀ ਮਾਰਕੀਟ ਹੋਈ ਜਿਹੜਾ ਬੰਦਾ ਕਹਿੰਦਾ ਮੈਂ 4 ਸਾਲ ਹੋ ਗਏ ਸਵੀਟ ਲੈ ਕੇ ਬੇਸਮੈਂਟ ਲੈ ਕੇ ਉੱਥੇ ਰਹਿ ਰਿਹਾ ਹਰ ਮਹੀਨੇ 12 13 1400 ਡਾਲਰ ਮੇਰਾ ਜਾਂਦਾ ਤੇ ਉਹ 1400 ਦੇ ਨਾਲ 1000 ਹੋਰ ਪਾ ਕੇ 24 2500 ਦੇ ਨਾਲ ਮੈਂ ਛੋਟਾ ਮੋਟਾ ਘਰ ਖਰੀਦ ਸਕਦਾ ਸੀ ਜਿਹਨਾਂ ਲੋਕਾਂ ਨੂੰ ਇੱਕ ਗੱਲ ਕਹੀ ਜਾਂਦੀ ਸੀ ਕਿ ਹੁਣ ਕੋਵਿਡ ਕਰਕੇ ਸਾਰੇ ਬਿਜ਼ਨਸ ਜੀ ਬੰਦ ਹੋ ਗਏ ਲੋਕਾਂ ਦੀ ਆਮਦਨੀ ਚਲੇ ਗਈ ਇਹਦੇ ਨਾਲ ਲੋਕਾਂ ਕੋਲ ਪੇਮੈਂਟ ਨਹੀਂ ਦੇਣੀ ਤੇ ਕਰ ਡਿੱਗ ਜਾਣੇ ਇਦਾਂ ਕਿਉਂ ਨਹੀਂ ਹੁੰਦਾ ਬਹੁਤ ਸਾਰੇ ਹੁਣ ਇਹਦੇ ਵਿੱਚ ਪੱਖ ਨੇ ਤੁਸੀਂ ਦੇਖੋ ਬਹੁਤ ਇੰਡਸਟਰੀਜ਼ ਨੇ ਜਿਹੜੀਆਂ ਲਗਾਤਾਰ ਆਪਣੇ ਕੰਮ ਕਰ ਰਹੀਆਂ ਨੇ ਸਾਡੇ ਲੋਕ ਉਹਨਾਂ ਇੰਡਸਟਰੀ ਚ ਨੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਹੈ ਜੀ ਹਾਲਾਂਕਿ ਚੈਲੰਜ ਆਏ ਨੇ ਕਾਫੀ ਪਰ ਇਹਦੇ باوجود ਉਹ ਕਮਾਂ ਦੇ ਵਿੱਚ ਐਕਟਿਵਿਜ਼ਮ ਹੈ ਕਿਹੜੀ ਚੀਜ਼ ਦੇ ਵੱਲ ਜ਼ਿਆਦਾ ਲੋਕ ਆਕਰਸ਼ਿਤ ਨੇ ਜਿਹੜੇ ਬਹੁਤ ਜ਼ਿਆਦਾ 5 ਮਿਲੀਅਨ 10 ਮਿਲੀਅਨ ਵਾਲੇ ਘਰ ਉਹ ਬਹੁਤ ਜ਼ਿਆਦਾ ਡਿਪ ਹੈ ਜਾਂ ਟਾਊਨ ਹਾਊਸਸ ਦੇ ਵਿੱਚ ਕੋਈ ਲੋਕ ਜ਼ਿਆਦਾ ਖਰੀਦ ਰਹੇ ਆ ਕਾਂਡੋਜ਼ ਵੱਲ ਜਾਂ ਇੱਕ ਬੇਸਮੈਂਟ ਵਾਲਾ ਘਰ ਕੋਈ ਟ੍ਰੈਂਡ ਖਾਸ ਹੈ ਇਹਦੇ ਸਿੰਗਲ ਫੈਮਿਲੀ ਹੋਮ ਭਾਵ ਜਿਹੜਾ ਆਮ ਘਰ ਹੈ ਉਹਦੇ ਚ ਸਵੀਟ ਹੋਵੇ ਤਾਂ ਬਹੁਤ ਵਧੀਆ ਨਹੀਂ ਤਾਂ ਰੈਂਚਰ ਕਈ ਨਹੀਂ ਉਹਨਾਂ ਦੀ ਕੀਮਤਾਂ ਥੋੜੀ ਘੱਟ ਹੁੰਦੀਆਂ ਨੇ ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸੋ ਹਾਜ਼ਰਾਂ ਜਿਸੀ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਇੱਕ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਦੇ ਲਈ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਨੀ ਹੈ ਘਰਾਂ ਦੀ ਮਾਰਕੀਟ ਬਾਰੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ ਕੈਨੇਡਾ ਦੇ ਦੋ ਵੱਡੇ ਪ੍ਰੋਵਿੰਸ VC ਤੇ ਅੰਟੈਰੀਓ ਇਹਨਾਂ ਦੇ ਵਿੱਚ ਟੋਰਾਂਟੋ ਤੇ ਵੈਨਕੂਵਰ ਇਹਨਾਂ ਦੀ ਮਾਰਕੀਟ ਹਮੇਸ਼ਾ ਧਿਆਨ ਦਾ ਕੇਂਦਰ ਰਹੀ ਹੈ ਆਸ ਤੇ ਮੁਤਾਬਕ ਹੈ ਇਸ ਵਾਰ ਗੱਲਬਾਤ ਇਹ ਸੋਚੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਇਸ ਪੰਡੈਮਿਕ ਦੇ ਵਿੱਚ ਕੋਵਿਡ-19 ਦੇ ਵਿੱਚ ਜੋ ਕੁਝ ਵਾਪਰ ਰਿਹਾ ਇਹਦੇ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਡਿੱਗ ਜਾਣਗੀਆਂ ਲੋਕਾਂ ਕੋਲੋਂ ਪੇਮੈਂਟਾਂ ਨਹੀਂ ਦੇ ਹੋਣੀਆਂ ਕਿਉਂਕਿ ਸਭ ਤੋਂ ਵੱਧ ਜਿਹੜੀ ਅਨਐਮਪਲੋਇਮੈਂਟ ਆ ਉਹ ਐਸ਼ ਵੇਲੇ ਸੀਗੀ ਕੁਦਰਤੀ ਤੌਰ ਤੇ ਲੋਕ ਅੰਦਾਜ਼ੇ ਲਾ ਰਹੇ ਸੀ ਕਿ ਜਿਸ ਤਰ੍ਹਾਂ 2007-08 ਦੇ ਵਿੱਚ ਅਮਰੀਕਾ ਦੇ ਵਿੱਚ ਜੋ ਕੁਛ ਵਾਪਰਿਆ ਸੀ ਉਸੇ ਤਰ੍ਹਾਂ ਇੱਥੇ ਘਰਾਂ ਦੀਆਂ ਕੀਮਤਾਂ ਡਿੱਗ ਜਾਣਗੀਆਂ ਤੇ ਇੱਕ ਬੜਾ ਮੰਦੀ ਦਾ ਦੌਰ ਇਸ ਮਾਰਕੀਟ ਦੇ ਵਿੱਚ ਵੀ ਆ ਜਾਊਗਾ ਜਿੱਦਾਂ ਕਿ ਬਾਕੀ ਬਿਜ਼ਨਸ ਦੇ ਵਿੱਚ ਆਇਆ ਕੁਝ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਠੀਕ ਠਾਕ ਰਿਹਾ ਸਰਕਾਰ ਨੇ ਕੁਝ ਮਦਦ ਦਿੱਤੀ ਉਹਦੇ ਨਾਲ ਪੇਮੈਂਟਾਂ ਦੇਣ ਦੇ ਵਿੱਚ ਦਿੱਕਤ ਨਹੀਂ ਆਈ ਤੁਸੀਂ ਆਪਣੀਆਂ ਲੋਕਾਂ ਨੇ ਉਹਨੂੰ ਸਾਰੇ ਕੁਝ ਨੂੰ ਬਚਾ ਲਿਆ ਸਰਕਾਰ ਦੇ ਜਿਹੜੇ ਰੀਲੀਫ ਪੈਕੇਜ ਸੀਗੇ ਉਹਨਾਂ ਨੇ ਵੀ ਬਹੁਤ ਸਾਰੀ ਮਦਦ ਕੀਤੀ ਕਰਨ ਦੀਆ ਮਾਰਕੀਟ ਸਟੇਬਲ ਰਹੀ ਜਦੋਂ ਅਸੀਂ ਮਾਰਚ ਤੋਂ ਲੈ ਕੇ ਹੁਣ ਜਦੋਂ ਅਗਸਟ ਦੇ ਅੱਧ ਦੇ ਲਗਭਗ ਗੱਲ ਕਰ ਰਹੇ ਹਾਂ ਪਰ ਇਹਦੇ ਉਲਟ ਕੁਝ ਥਾਵਾਂ ਦੇ ਉੱਤੇ ਬੜੇ ਅਜੀਬ ਵਰਤਾਰੇ ਵਾਪਰੇ ਸਾਡੀ ਸਮਝ ਆਮ ਵਿਅਕਤੀ ਦੀ ਸੋਚ ਕੁਝ ਹੋਰ ਕਹਿੰਦੀ ਹੈ ਪਰ ਅੰਕੜੇ ਕੁਝ ਹੋਰ ਕਹਿੰਦੇ ਆ ਸਰੀ ਦੇ ਵਿੱਚ ਵੈਨਕੂਵਰ ਦੇ ਵਿੱਚ ਜਾਂ ਇੱਥੇ ਲੋਅਰ ਮੇਨ ਲੈਂਡ ਦੇ ਵਿੱਚ ਦੂਜੇ ਪਾਸੇ ਕੈਨੇਡਾ ਦੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਟੋਰਾਂਟੋ ਦੇ ਵਿੱਚ ਜੀਟੀਏ ਦੇ ਵਿੱਚ ਕਰਨੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਉਹਨਾਂ ਦੀ ਸੇਲ ਦੇ ਵਿੱਚ ਵੀ ਵਾਧਾ ਹੋਇਆ ਖਾਸ ਕਰ ਜੁਲਾਈ ਮਹੀਨੇ ਦੇ ਵਿੱਚ ਜਿਹੜੀਆਂ ਰਿਪੋਰਟਾਂ ਦੱਸ ਰਹੀਆਂ ਆ ਸੇਲ ਦੇ ਵਿੱਚ ਵਾਧਾ ਕੀਮਤਾਂ ਦੇ ਵਿੱਚ ਵਾਧਾ ਜੂਨ ਦੇ ਨਾਲੋਂ ਜਾਂ ਮਈ ਦੇ ਨਾਲੋਂ ਵਾਧਾ ਹੋ ਜਵੇ ਇਹ ਗੱਲ ਮੰਨਣ ਯੋਗ ਸੀ ਪਰ 2019 ਦੀ ਜੁਲਾਈ ਨਾਲੋਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਇਹ ਗੱਲ ਅਜੇ ਵੀ ਬੜੀ ਸਮਾਜੀ ਤੋਂ ਬਾਹਰ ਆ ਘਰਾਂ ਦੀ ਮਾਰਕੀਟ ਬਹੁਤ ਵੱਡੀ ਮਾਰਕੀਟ ਆ ਔਰ ਇਹਦਾ ਬੜਾ ਸਿੱਧਾ ਪ੍ਰਭਾਵ ਇੰਪੈਕਟ ਪੈਂਦਾ ਸਾਡੇ ਸਾਰੇ ਕੁਛ ਦੇ ਉੱਤੇ ਸੋ ਇਹਦੇ ਬਾਰੇ ਅੱਜ ਗੱਲਬਾਤ ਕਰਨੀ ਲਈ ਕਿ ਕੀ ਆ ਇਹ ਕਿਉਂ ਕੀਮਤਾਂ ਵਧ ਰਹੀਆਂ ਆ ਇਹਦਾ ਕਾਰਨ ਕੀ ਆ ਇੱਥੇ ਸਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਲਟੀਪਲ ਆਫਰਸ ਆ ਰਹੀਆਂ ਵੈਂਕੂਵਰ ਦੇ ਵਿੱਚ ਔਰ ਜਿੰਨੀ ਆਸਕਿੰਗ ਆ ਉਹਦੇ ਤੋਂ ਉੱਤੇ ਘਰ ਸੇਲ ਹੋ ਰਹੇ ਆ ਫਿਰ ਕੁਝ ਲੋਕ ਅੰਦਾਜ਼ਾ ਲਾ ਰਹੇ ਆ ਵੀ ਹੋਣੀ ਹੋ ਰਿਹਾ ਇਹ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਜਦੋਂ ਸਰਕਾਰ ਦੇ ਪੈਕੇਜ ਆ ਮਦਦ ਖਤਮ ਹੋ ਗਈ ਇਹ ਮਾਰਕੀਟ ਡਿੱਗ ਜਾਣੀ ਆ ਸੋ ਇਹ ਕੀ ਹੋ ਰਿਹਾ ਇੱਥੇ ਇਹ ਇਸ ਤਰ੍ਹਾਂ ਦੀ ਹੌਟ ਮਾਰਕੀਟ ਇੰਨੀ ਮੰਦੀ ਦੇ ਵਿੱਚ ਕਿਹੜੀ ਚੀਜ਼ ਆ ਲੋਕਾਂ ਨੂੰ ਘਰ ਖਰੀਦਣ ਦੇ ਲਈ ਪ੍ਰੇਰ ਰਹੀ ਹੈ ਜਾਂ ਇਹ ਐਸਐਲ ਦੇ ਵਿੱਚ ਹੈ ਕਿ ਕਰਨਾ ਕੀ ਚਾਹੀਦਾ ਮੌਰਗੀ ਦੇ ਨਿਯਮ ਕਿੰਨਾ ਕੁ ਬਦਲੇ ਆ ਰਹੀ ਹੈ ਰੀਅਲ اسٹیਟ ਦੇ ਵਿੱਚ ਕੀ ਤਬਦੀਲੀ ਆ ਜਾਂ ਘਰ ਹੁਣ ਲੈਣਾ ਚਾਹੀਦਾ ਵੇਟ ਕਰ ਲੈਣੀ ਚਾਹੀਦੀ ਆ ਕਿਹੜੇ ਸ਼ਹਿਰ ਦੀ ਕੀ ਸਥਿਤੀ ਹੈ ਇਹਦੇ ਬਾਰੇ ਅੱਜ ਅਸੀਂ ਥੋੜੀ ਬਹੁਤੀ ਗੱਲਬਾਤ ਕਰਨੀ ਆ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਡਾਕਟਰ ਗੁਰਿੰਦਰ ਸਿੰਘ ਧਾਵੀਵਾਲ ਹੁਣਾਂ ਦੇ ਨਾਲ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਗੱਲਬਾਤ ਕਰਨੀ ਆ ਕਿਉਂਕਿ ਸਕੂਲ ਹੁਣ ਸਤੰਬਰ ਦੇ ਵਿੱਚ ਖੁੱਲ ਜਾਣੇ ਆ ਸਰਕਾਰ ਨੇ ਆਪਣਾ ਪਲਾਨ ਦੇ ਦਿੱਤਾ ਵੱਖ-ਵੱਖ ਪ੍ਰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਹੜੇ ਲਰਨਿੰਗ ਗਰੁੱਪਸ ਆ ਬਣਾਏ ਜਾਣਗੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਭੇਜ ਦਿੱਤਾ ਜਾਊਗਾ ਤੇ ਸਕੂਲ ਖੁੱਲ ਜਾਣਗੇ ਕੀ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਰਾਜੀ ਆ ਜਾਂ ਭੇਜਣਾ ਚਾਹੀਦਾ ਵੀ ਆ ਕਿ ਨਹੀਂ ਇਸ ਮਸਲੇ ਦੇ ਉੱਤੇ ਅਸੀਂ ਡਾਕਟਰ ਪਾਰਕਰ ਸਿੰਘ ਪੁਰਜੀ ਜੀ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਗੁਰਵਿੰਦਰ ਸਿੰਘ ਤਾਲੀਵਾਲ ਦਾ ਤਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਨ ਸ਼ੁਕਰੀਆ ਜੀ ਬਹੁਤ ਧੰਨਵਾਦ ਆਪ ਦਾ ਤੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਇੱਕ ਰੀਅਲਟਰ ਉਹ ਬੜੇ ਪ੍ਰਸਿੱਧ ਹੋ ਇੱਥੇ ਜਾਣਦੇ ਆ ਲੋਕ ਤੁਹਾਨੂੰ ਤੁਹਾਡੀ ਮੁਹਾਰਤ ਆ ਇਸ ਕੰਮ ਦੇ ਵਿੱਚ ਬਹੁਤ ਸਾਰੇ ਕਲਾਇੰਟਸ ਨੂੰ ਤੁਸੀਂ ਲੈ ਕੇ ਗਏ ਹੋ ਔਰ ਇੱਕ ਘਰ ਪਿੱਛੇ ਜਾਂ ਸਰੀ ਦੇ ਵਿੱਚ ਲੱਗਿਆ ਸੀ ਜਿਹਦੇ ਬਾਰੇ ਅਕਸਰ ਗੱਲਬਾਤ ਕੀਤੀ ਗਈ ਸੀ ਕਿ ਇਹ ਬਹੁਤ ਜ਼ਿਆਦਾ ਮਹਿੰਗਾ ਕਰ ਲਿਆ ਦਿੱਤਾ ਕਲਾਇੰਟ ਨੂੰ ਇਸ ਰੀਅਲਟਰ ਨੇ ਤੁਹਾਡੇ ਬਾਰੇ ਗੱਲਬਾਤ ਹੁੰਦੀ ਸੀ ਇਹ ਕੀ ਹੋਇਆ ਸੀ ਮਲਟੀਪਲ ਆਫਰਸ ਇਨੀ ਆਸਕਿੰਗ ਤੋਂ ਉੱਤੇ ਘਰ ਜਾਣੇ ਤੇ ਹੁਣ ਉਹੀ ਟ੍ਰੈਂਡ ਜਿਹੜਾ ਹੁਣ ਤੱਕ ਚੱਲ ਰਿਹਾ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਮਾਰਕੀਟ ਪਹਿਲਾਂ ਤਾਂ ਧੰਨਵਾਦ ਕਿਉਂਕਿ ਆਪਾਂ ਦੋਨੇ ਆਰੰਭ ਸਾਹਿਬ ਦੇ ਵਿਦਿਆਰਥੀਆਂ ਤੋਂ ਹੋਈ ਹੈ ਪਰ ਕੈਨੇਡਾ ਆ ਕੇ ਆਪਾਂ ਰੀਅਲ ਏਸਟੇਟ ਦੇ ਵਿੱਚ ਤੇ ਤੁਸੀਂ ਨਾਲ ਨਾਲ মিডিਆ ਦੇ ਵਿੱਚ ਇੱਥੇ ਵਿਚਰਿਓ ਜੀ ਸੋ ਪਰ ਜਦੋਂ ਪਿਛਲੇ ਤਕਰੀਬਨ ਸਵਾ ਡੇਢ ਦਹਾਕੇ ਦੇ ਦੌਰਾਨ ਲਗਾਤਾਰ ਇਸ ਫੀਲਡ ਨੂੰ ਦੇਖਿਆ ਤੇ ਉਹਦੇ ਵਿੱਚ ਉਹ ਨਾ ਸਿਰਫ ਇਹਨੂੰ ਦੇਖਿਆ ਹੀ ਬਲਕਿ ਇੱਕ ਸਮਾਂ ਇਹ ਵੀ ਆਇਆ ਕਿ 2017 ਦੇ ਵਿੱਚ ਫ੍ਰੀਜ਼ਡ ਵੈਲੀ ਦੇ ਵਿੱਚ ਰੀਅਲ ਏਸਟੇਟ ਦੇ ਖੇਤਰ ਦੇ ਵਿੱਚ ਇੱਕ ਸਾਲ ਦੇ ਵਿੱਚ ਲਗ ਲਗਭਗ 100 ਡੀਲਸ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਕੀਤੀਆਂ ਸੋ ਉਹਦੇ ਵਿੱਚੋਂ ਬਹੁਤ ਅਨੁਭਵੀ ਮਹਿਸੂਸ ਹੋਇਆ ਸੋ ਜਦੋਂ ਆ ਕੁਝ ਗੱਲਾਂ ਜਿਵੇਂ ਤੁਸੀਂ ਸਵਾਲ ਕੀਤੇ ਨੇ ਕੁਝ ਨਿੱਜੀ ਅਨੁਭਵ ਹੱਡ ਵੀ ਸੀ ਕੋਈ ਜਗਤੀ ਆਪਾਂ ਸਾਂਝੀ ਕਰਾਂਗੇ ਜਦੋਂ ਪਿਛਲੇ ਸਮੇਂ ਦੌਰਾਨ ਸਰੀ ਦੇ ਵਿੱਚ ਕਾਰਲੂ ਕਰੈਜ਼ੈਂਟ ਤੇ ਇੱਕ ਪ੍ਰਾਪਰਟੀ ਸੀ ਜੀ ਜਿਸ ਦੀ ਕੀਮਤ ਉਸ ਵੇਲੇ ਕਾਫੀ ਹੱਦ ਤੱਕ ਥੱਲੇ ਲਾਈ ਗਈ ਸੀ 799000 ਬੇਸਮੈਂਟ ਵਾਲਾ ਘਰ ਸੀ ਦੋ ਕਮਰੇ ਸੀ ਸਵੀਟ ਜਿਸ ਨੂੰ ਕਹਿ ਦਿੰਦੇ ਆ ਤੇ ਉੱਪਰ ਤਿੰਨ ਕਮਰੇ ਸੀ ਸੋਹਣਾ ਸਾਫ ਸੁਥਰਾ ਵਧੀਆ ਕਰ ਸੀ ਲੇਕਿਨ ਉਸ ਦੇ ਉੱਪਰ 64 ਦੇ ਕਰੀਬ ਆਫਰਸ ਆਈਆਂ 64 64 ਆਫਰਸ ਆਈਆਂ ਤੇ ਉਹਨਾਂ ਆਫਰਸ ਦੇ ਵਿੱਚੋਂ ਇਹ ਕਲਾਇੰਟ ਜਿਹੜਾ ਸਾਡਾ ਕੁਆਲੀਫਾਈ ਕੀਤਾ ਸੀ ਕੈਸ਼ ਆਫਰ ਸੀ ਤੇ ਉਸ ਨੂੰ ਘਰ ਮਿਲਿਆ 994000 ਦਾ ਇਹ ਘਰ ਵਿਕਿਆ ਬੀਸਮੈਂਟ ਵਾਲਾ ਘਰ ਸੀ ਤੇ ਉਸ ਵੇਲੇ ਕੁਝ ਇੱਕ ਟਿੱਪਣੀਆਂ ਅਜੀਬ ਕਿਸਮ ਦੀਆਂ ਹੋਈਆਂ ਕੋਈ ਤਾਂ ਕਈ ਵਾਰ ਟਿੱਪਣੀਆਂ ਹੁੰਦੀਆਂ ਖੋਜਦੀਆਂ ਕਈਆਂ ਦੀ ਖੋਜ ਤੋਂ ਬਿਨਾਂ ਹੀ ਸਿਰਫ ਇਹ ਕਿ ਈਰਖਾ ਵਸ ਵੀ ਕਈ ਗੱਲਾਂ ਚੱਲ ਪਈਆਂ ਨੇ ਕਿ ਪਰ ਮੈਨੂੰ ਰਾਜਨੀਤੀ ਦਾ ਨਹੀਂ ਪਤਾ ਮੈਂ ਉਹਦਾ ਵੀ ਚੌਧਰੀ ਬਣ ਜੰਨਾ ਮੈਨੂੰ ਰੀਅਲ ਏਸਟੇਟ ਦਾ ਨਹੀਂ ਪਤਾ ਮੈਨੂੰ ਉਹਦਾ ਵੀ ਚੌਧਰੀ ਬਣ ਜੰਨਾ ਉਹ ਹਾਸੇ ਵਾਲੀਆਂ ਗੱਲਾਂ ਹੁੰਦੀਆਂ ਸੋ ਐਸੇ ਕਈ ਗੱਲਾਂ ਨੇ ਅਲਬਲ ਲੀਆਂ ਵੀ ਕਈਆਂ ਨੇ ਕੀਤੀਆਂ ਪਰ ਮੈਂ ਉਦੋਂ ਇੱਕ ਗੱਲ ਕਹੀ ਸੀ ਤੁਹਾਡੇ ਨਾਲ ਹੀ ਉਸ ਵੇਲੇ ਕਿ ਇਸ ਤਰ੍ਹਾਂ ਡਰਾਓ ਨਾ ਇਸ ਕਿਸਮ ਦਾ ਮਾਹੌਲ ਬਣਾ ਕੇ ਕਿ ਰੀਅਲ ਏਸਟੇਟ ਦੇ ਵਿੱਚ ਦੇਖੋ ਦੇਖੋ ਇਹ ਦੌੜ ਦੇ ਵਿੱਚ ਸ਼ਾਮਲ ਨਾ ਹੋਵੋ ਤੁਸੀਂ ਠਹਿਰ ਕੇ ਘਰ ਖਰੀਦੋ ਹੁਣ ਨਾ ਭੱਜੋ ਤੁਸੀਂ ਇਹ ਕਹੋ ਕਿ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜੇ ਕੋਈ ਪ੍ਰਾਪਰਟੀ ਉਸ ਰੇਟ ਤੇ ਡਿਜ਼ਰਵ ਕਰਦੀ ਹੈ ਤਾਂ ਫਿਰ ਉਸ ਨੂੰ ਸੁਚੇਤ ਹੋ ਕੇ ਲਓ ਜੇ ਤੁਸੀਂ ਕਿਸ਼ਟਾ ਮੋੜ ਸਕਦੇ ਹੋ ਤਾਂ ਇਸ ਦੁਵਿਧਾ 'ਚ ਨਾ ਪਾਓ ਕਿ 2 ਮਹੀਨੇ ਬਾਅਦ ਸਸਤੀਆਂ ਹੋ ਜਾਣਗੀਆਂ ਪ੍ਰਾਪਰਟੀਆਂ ਇਹ ਨਹੀਂ ਹੋਣੀਆਂ ਇਹ ਗਲਤ ਅੰਦਾਜ਼ੇ ਨੇ ਇਹ ਜੇ ਕਹਿੰਦੇ ਆ ਕਿ ਲੱਖ ਡਾਲਰ ਥੱਲੇ ਜਾਣਾ ਤਾਂ ਇਹ ਕੁਆਲੀਫਾਈ ਕਰਨ ਲਈ ਇਹ ਨਹੀਂ ਦੱਸਦੇ ਕਿ 3 ਮਿਲੀਅਨ 'ਚੋਂ ਲੱਖ ਡਾਲਰ ਜਾਣਾ ਕਿ 1 ਮਿਲੀਅਨ ਡਾਲਰ ਦੀ ਪ੍ਰਾਪਰਟੀ 'ਚੋਂ ਲੱਖ-ਲੱਖ ਡਾਲਰ ਥੱਲੇ ਜਾਣਾ ਉਹ 3 ਮਿਲੀਅਨ ਵਾਲਾ 29 ਲੱਖ ਦਾ ਹੋ ਜਾਏ ਹੈਰਾਨੀ ਵਾਲੀ ਗੱਲ ਨਹੀਂ ਪਰ ਜਿਹੜਾ 9 ਲੱਖ ਦਾ ਉਹ 8 ਦਾ ਹੋਏ ਇਹ ਗਲਤ ਹੈ ਸੋ ਹੋਇਆ ਇਹ ਕਿ ਉਸ ਏਰੀਏ ਦੇ ਵਿੱਚ ਉਸ ਤੋਂ ਬਾਅਦ 1.5 ਲੱਖ ਨੂੰ 1.5 ਲੱਖ ਨੂੰ ਬੇਸਮੈਂਟ ਵਾਲੇ ਸਵੀਟ ਵਾਲੇ ਘਰ ਵਿਕਣੇ ਸ਼ੁਰੂ ਹੋਏ ਕਿਉਂਕਿ ਉਹ 9.94 ਲੱਖ ਦਾ 7.99 ਲੱਖ ਤੋਂ ਲੱਗਿਆ ਸੀ ਉਸ ਵੇਲੇ ਹੈਰਾਨੀ ਹੋਈ ਲੇਕਿਨ ਸਭ ਤੋਂ ਬਰੀਕੀ ਗੱਲ ਇਹ ਸੀ ਕਿ ਸਰੀ ਦੇ ਵਿੱਚ ਜਾਂ ਸਰੀ ਦੇ ਨਾਲ ਫਰੇਜ਼ਰ ਵੈਲੀ ਐਬਸਪੋਰਟ ਨੇੜਲੇ ਇਲਾਕਿਆਂ ਦੇ ਵਿੱਚ ਡਿਮਾਂਡ ਲਗਾਤਾਰ ਉਦੋਂ ਵਧ ਰਹੀ ਸੀ ਤੇ ਹੁਣ ਸਿਖਰ ਤੇ ਹੈ ਜਿਹੜੇ ਵਿਅਕਤੀ ਉਸ ਵੇਲੇ ਇਹੋ ਜੇ ਗਲਤ ਪ੍ਰਚਾਰ ਦੇ ਸ਼ਿਕਾਰ ਹੋ ਗਏ ਉਹਨਾਂ ਨੇ ਇੱਕ ਜਾਂ ਦੋ ਮਹੀਨੇ ਰੁੱਕ ਕੇ ਹੁਣ ਸਾਡੇ ਕੋਲ ਦੁਬਾਰਾ ਆ ਕੇ ਕਹਿ ਰਹੇ ਨੇ ਕਿ ਪ੍ਰਾਪਰਟੀ ਖਰੀਦਣੀ ਹੈ ਉਹੀ ਵਿਅਕਤੀ ਜਿਨ੍ਹਾਂ ਨੂੰ ਉਦੋਂ 50000 ਥੱਲੇ ਪ੍ਰਾਪਰਟੀ ਮਿਲਣੀ ਸੀ ਹੁਣ ਉਹ ਹੋਰ ਰੇਟ ਉੱਪਰ ਗਏ ਨੇ ਉਹਦਾ ਕਾਰਨ ਕੀ ਹੋਇਆ ਕਾਰਨ ਇਹ ਸੀ ਕਿ ਸਪਲਾਈ ਇਨੀ ਨਹੀਂ ਸੀ ਮਾਰਕੀਟ ਦੇ ਵਿੱਚ ਵਧੀਆ ਪ੍ਰਾਪਰਟੀਆਂ ਦੇਣੀਆਂ ਨਹੀਂ ਸੀ ਸੈਲਰ ਸੋਚਦੇ ਸੀ ਕਿ ਸ਼ਾਇਦ ਪਤਾ ਨਹੀਂ ਸਾਨੂੰ ਵੇਚਣਾ ਚਾਹੀਦਾ ਜਾਂ ਨਹੀਂ ਪਰ ਬਾਹਰ ਵੱਡੀ ਗਿਣਤੀ ਸੀ ਬਾਹਰ ਜਿਹੜੇ ਕਿ ਮੌਰਗੇਜ ਦੇ ਕੁਆਲੀਫਾਈ ਕਰਕੇ ਵੱਡੀ ਗਿਣਤੀ ਸੀ ਕਿਉਂਕਿ ਮੌਰਗੇਜ ਦੇ ਰੇਟ ਘਟਣ ਕਾਰਨ ਜਾਂ ਕਈ ਤਰ੍ਹਾਂ ਦੀਆਂ ਸਹੂਲਤਾਂ ਹੋਣ ਕਾਰਨ ਜਾਂ ਉਹਨਾਂ ਨੂੰ ਇੰਟਰਸਟ ਰੇਟ ਵਧਣ ਦੀ ਸੰਭਾਵਨਾ ਨਹੀਂ ਇਸ ਕਰਕੇ ਉਹਨਾਂ ਦੀ ਤਿਆਰੀ ਸੀ ਹੁਣ ਵੀ ਅੱਜ ਦੀ ਤਰੀਕ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹ ਉਸੇ ਤਰ੍ਹਾਂ ਹੀ ਜਿਹੜੇ ਪਿਛਲੇ ਕੁਝ ਮਹੀਨੇ ਪਹਿਲਾਂ ਗੱਲ ਕੀਤੀ ਸੀ ਬਕੈਰਾ ਤੌਰ ਤੇ ਸੋਚ ਵਿਚਾਰ ਕੇ ਕਰ ਰਹੇ ਹਾਂ ਕਿ ਬਿਨਾਂ ਵਜਾ ਪ੍ਰਾਪਰਟੀ ਵਾਲ ਦੌੜਨ ਦੀ ਲੋੜ ਨਹੀਂ ਪਰ ਜੇ ਲੋੜ ਹੈ 2 ਮਿੰਟ ਠਹਿਰ ਕੇ ਲੈਣ ਦੀ ਥਾਂ ਤੇ ਤੁਸੀਂ ਹੁਣ ਲਓਗੇ ਚੰਗੇ ਰਹੋਗੇ ਨਹੀਂ ਤਾਂ ਜੋ ਪਿਛਲੀ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਅਸੀਂ ਕੀਤਾ ਅੱਗੇ ਵੀ ਸਾਨੂੰ ਉਸੇ ਤਰ੍ਹਾਂ ਦਾ ਨਤੀਜਾ ਭੁਗਤਣਾ ਪੈ ਸਕਦਾ ਡਾਕਟਰ ਸਾਹਿਬ ਇੱਥੇ ਵੀ ਪ੍ਰਾਪਰਟੀ ਦੇ ਰੇਟ ਵਧੇ ਆ ਟੋਰਾਂਟੋ ਦੇ ਵਿੱਚ ਵੀ ਪ੍ਰਾਪਰਟੀ ਦੇ ਰੇਟ ਵਧੇ ਆ ਇਹ ਦੋਵਾਂ ਤਹਾਵਾਂ ਦੇ ਉੱਤੇ ਸਪਲਾਈ ਘੱਟ ਸੀ ਇਹ ਕਿ ਇਸ ਤਰ੍ਹਾਂ ਦੀ ਮਾਰਕੀਟ ਹੋਈ ਜੀ ਐਕਚੁਅਲੀ ਡਿਮਾਂਡ ਵੱਧ ਸੀ ਜਿਵੇਂ ਮੈਂ ਇਹ ਦੂਸਰੇ ਪਾਸੇ ਕਿਹਾ ਅੱਛਾ ਜੀ ਡਿਮਾਂਡ ਵੱਧ ਇਸ ਤਰ੍ਹਾਂ ਦੀ ਸੀ ਇੱਕ ਤਾਂ ਸਾਡੇ ਬਹੁਤ ਸਾਰੇ ਲੋਕ ਜਿਨ੍ਹਾਂ ਚੋਂ ਪ੍ਰਵਾਸੀ ਭਾਈਚਾਰਾ ਵੀ ਆ ਅਸੀਂ ਖੁਦ ਵੀ ਉਸ ਦਾ ਹਿੱਸਾ ਹਾਂ ਜਿਹੜੇ ਬਹੁਤ ਵਰਿਆਂ ਤੋਂ ਸੋਚਦੇ ਆ ਕਿ ਹਰ ਵਰੀ ਲਗਾਤਾਰ ਵੀ ਅਸੀਂ ਕੁਝ ਨਵਾਂ ਆਪਣਾ ਘਰ ਖਰੀਦ ਲਈਏ ਹੁਣ ਇੱਕ ਐਗਜ਼ਾਮਪਲ ਹੈ ਜਿਹੜੇ ਬੰਦੇ ਨੂੰ ਘਟੋ ਘਟ ਏਸ ਗੱਲ ਦਾ ਇਲਮ ਹੈ ਕਿ ਮੈਂ ਹਰ ਮਹੀਨੇ ਆਪਣੀ ਸਟਾਰਟਅਪ ਫੀਸ ਦਿਨਾ ਟਾਊਨ ਹਾਊਸ ਦੀ 4500 ਡਾਲਰ ਹੋ ਜਾਂਦਾ ਹੋਰ ਖਰਚੇ ਆ ਕਿਉਂ ਨਾ ਮੈਂ ਜੇ ਅੱਜ ਦੀ ਤਰੀਕ 'ਚ ਰੇਟ ਵਧੀਆ ਨੇ ਤੇ ਮੈਂ ਘਰ ਹੀ ਖਰੀਦਾਂ ਵੰਡ ਦੇ ਤੋੜੇ 'ਚ ਉਹ ਪੈਸੇ ਖਰਾਬ ਕਰਨ ਨਾਲੋਂ ਘਰ ਦੀ ਪੇਮੈਂਟ ਤਾਂ ਉਤਰੂਗੀ ਇਕਵਿਟੀ ਵਧੂਗੀ ਘਰ ਦੀ ਤੇ ਕੱਲ ਨੂੰ ਮੈਂ ਉਸ ਦੇ ਵਿੱਚ ਬਿਹਤਰ ਹੋਵਾਂਗਾ ਇਸ ਬਰੀਕੀ ਨੂੰ ਹਰ ਕੋਈ ਨਹੀਂ ਵਿਚਾਰਦਾ ਜਿਹੜਾ ਬੰਦਾ ਕਹਿੰਦਾ ਮੈਂ 4 ਸਾਲ ਹੋ ਗਏ ਸਵੀਟ ਲੈ ਕੇ ਬੇਸਮੈਂਟ ਲੈ ਕੇ ਉੱਥੇ ਰਹਿ ਰਿਹਾ ਹਰ ਮਹੀਨੇ 12 13 1400 ਡਾਲਰ ਮੇਰਾ ਜਾਂਦਾ ਤੇ ਉਹ 1400 ਦੇ ਨਾਲ 1000 ਹੋਰ ਪਾ ਕੇ 24-25000 ਦੇ ਨਾਲ ਮੈਂ ਛੋਟਾ-ਮੋਟਾ ਘਰ ਖਰੀਦ ਸਕਦਾ ਸੀ 3000 ਦੇ ਨਾਲ ਮੈਂ ਅੱਧੀ ਪੇਮੈਂਟ ਜਿਹੜੀ ਮੇਰੀ ਬਣਦੀ ਸੀ ਉਹਦੇ ਨਾਲ ਮੇਰੀ ਕਿਸ਼ਤ ਉਤਰਦੀ ਨਾਲ ਉਹ ਮਾਰਕੀਟ ਦੇ ਵਿੱਚ ਮੇਰੇ ਘਰ ਦੀ ਵੈਲਿਊ ਵਾਧਦੀ ਲੈਂਡ ਦੀ ਵੈਲਿਊ ਵਧਣੀ ਹੈ ਜਿਹੜੀ ਡੈਪ੍ਰੀਸੀਏਸ਼ਨ ਹੈ ਜਿਹੜੀ ਬਿਲਡਿੰਗ ਹੈ ਪੁਰਾਣੀ ਹੁੰਦੀ ਹੈ ਉਹਦੀ ਵੈਲਿਊ ਥੱਲੇ ਘਟਦੀ ਹੈ ਤੇ ਲੈਂਡ ਦੀ ਵਾਧਦੀ ਹੈ ਨਤੀਜਨ ਅੱਜ ਵੀ ਜਿਹੜੀ ਇਹ ਗੱਲ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਡਿਮਾਂਡ ਹੈ ਉਹ ਬਹੁਤ ਵਧੀ ਹੈ ਉਹਨਾਂ ਦੇ ਕਾਰਨ ਘਰ ਘਟ ਸਨ ਤੇ ਲੋਕਾਂ ਨੇ ਇੰਟਰਸਟ ਸ਼ੋ ਕੀਤਾ ਇੱਕ ਇਹ ਜਿਹੜਾ ਸਟ੍ਰੈਟਜੀ ਹੈ ਕਈ ਇਸ ਨੂੰ ਰਾਜਨੀਤਿਕ ਤੌਰ ਤੇ ਬੜਾ ਡਿਫਰੈਂਟ ਮੰਨਦੇ ਨੇ ਕਿ ਜੀ ਇਹ ਕੀ ਗੱਲ ਹੋਈ ਕਿ ਇਹ ਸਿਧਾਂਤ ਥੋੜੋ ਹੈ ਕਿ ਰੇਟ ਥੱਲੇ ਲਾ ਦਿੱਤਾ ਮਲਟੀਪਲ ਆਫਰਸ ਲੈ ਰਹੀਆਂ ਤੁਸੀਂ ਸੇਲਰ ਹੋ ਮੈਂ ਰੈਲਟਰ ਹਾਂ ਤੁਸੀਂ ਮੈਨੂੰ ਇਹ ਕਹਿਣਾ ਕਿ ਮੇਰਾ ਘਰ ਵਧੀਆ ਭਾਅ ਤੇ ਵਿਕਣਾ ਚਾਹੀਦਾ ਕਿਹੜੇ-ਕਿਹੜੇ ਤਰੀਕੇ ਨੇ ਮੈਂ ਉਹ ਤੇ ਦੱਸਣਾ ਵੀ ਇੱਕ ਤਰੀਕਾ ਤਾਂ ਇਹ ਹੈ ਕਿ ਮਾਰਕੀਟ ਦੀ ਵੈਲਿਊ ਤੇ ਲਾਓ ਇੱਕ ਤਰੀਕਾ ਇਹ ਹੈ ਕਿ ਮਾਰਕੀਟ ਤੋਂ ਥੱਲੇ ਲਾਓ ਥੱਲੇ ਲਾਓਗੇ ਤਾਂ ਜ਼ਿਆਦਾ ਇੰਟਰਸਟ ਹੋਏਗਾ ਉਹ ਉਸ ਵੇਲੇ ਸੈਲਰ ਨੇ ਕਿਹਾ ਮੈਂ ਡਿਸਾਈਡ ਕੀਤਾ ਮੇਰੀ ਪ੍ਰਾਪਰਟੀ ਹੈ ਤੁਸੀਂ ਇੰਨੇ ਦੀ ਲਾਓ ਇਹਦੇ ਚ ਕੀ ਉਹਨੇ ਗਲਤ ਕੀਤਾ ਅਨਲੈਸ ਕੋਈ ਬੋਰਡ ਕਾਨੂੰਨ ਨਹੀਂ ਬਣਾਉਂਦਾ ਜੀ 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 ਉਸ ਵੇਲੇ ਚ ਉਹਦੀ ਗਲਤੀ ਨਹੀਂ ਹਰ ਸੈਲਰ ਬਾਇਰ ਦੇ ਰੂਪ ਚ ਚਾਹੁੰਦਾ ਹੈ ਸਸਤੀ ਤੋਂ ਸਸਤੀ ਪ੍ਰਾਪਰਟੀ ਮਿਲੇ ਤੇ ਸੈਲਰ ਦੇ ਰੂਪ ਚ ਚਾਹੁੰਦਾ ਹੈ ਕਿ ਮਹਿੰਗੀ ਤੋਂ ਮਹਿੰਗੀ ਵਿਕੇ ਸੋ ਇਹ ਚੀਜ਼ ਵਰਤੀ ਅਨਲੈਸ ਕਿ ਬੋਰਡ ਕੋਈ ਨਿਸ਼ਚਿਤ ਨਹੀਂ ਕਰਦਾ ਕਿ ਇਸ ਤੋਂ ਥੱਲੇ ਤੁਸੀਂ ਵੇਚ ਨਹੀਂ ਸਕਦੇ ਉਦੋਂ ਤੱਕ ਇਹ ਗੈਰ ਮناسب ਨਹੀਂ ਹੈ ਸੋ ਮਲਟੀਪਲ ਆਫਰਸ ਤਾਂ ਆਈਆਂ ਸਰੀ ਨੂੰ ਛੱਡੋ ਐਪਸ ਬੋਰਡ ਦੇ ਵਿੱਚ ਵਕ ਵਕ ਪ੍ਰਾਪਰਟੀਆਂ ਆ ਹਾਲ ਹੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਤੇ ਮਲਟੀਪਲ ਆਫਰਜ਼ ਆ ਰਹੀਆਂ ਬਰਨਮੀ ਦੇ ਵਿੱਚ ਜੇ ਕੁਕਟਲਮ ਦੇ ਵਿੱਚ ਨੇੜਲੇ ਇਲਾਕਿਆਂ ਦੇ ਵਿੱਚ ਜਿਵੇਂ ਤੁਸੀਂ ਟ੍ਰਾਂਟੋ ਦੀ ਗੱਲ ਕੀਤੀ ਹੈ ਸਿਆਣਪ ਇਹ ਹੈ ਕਿ ਪ੍ਰਾਪਰਟੀ ਦੀ ਅਸੈਸਮੈਂਟ ਨੂੰ ਦੇਖ ਲਓ ਪ੍ਰਾਪਰਟੀ ਦੇ ਸਹੂਲਤਾਂ ਦੀ ਕਿੰਨੀ ਕਾ ਜਾਂ ਉਹਦਾ ਮਾਰਗੇਜ ਕਵਰ ਕਰਨ ਲਈ ਕੋਈ ਸਵੀਟ ਹੈ ਉਹਨੂੰ ਦੇਖ ਲਓ ਤੇ ਇਹ ਜਜਮੈਂਟ ਇਹ ਨਾ ਕਰੋ ਕਿ ਲੱਗੀ ਕਿੰਨੇ ਦੀ ਹੈ ਇਹ ਦੇਖੋ ਕਿ ਇਹ ਡਿਜ਼ਰਵ ਕਿੰਨੇ ਦੀ ਕਰਦੀ ਹੈ ਫਿਰ ਗਲਤਫਹਿਮੀ ਦਾ ਸ਼ਿਕਾਰ ਨਹੀਂ ਬੰਦਾ ਹੋ ਸਕਦਾ ਕਿ ਜਿਹੜਾ ਡਾਕਟਰ ਵੀ ਇੱਕ ਗੱਲ ਕਹੀ ਜਾਂਦੀ ਸੀ ਵੀ ਹੁਣ ਕੋਵਿਡ ਕਰਕੇ ਸਾਰੇ ਬਿਜ਼ਨਸ ਜੀ ਬੰਦ ਹੋ ਗਏ ਲੋਕਾਂ ਦੀ ਆਮਦਨੀ ਚਲੇਗੀ ਇਹਦੇ ਨਾਲ ਉਹ ਕੋਲੋਂ ਪੇਮੈਂਟ ਨਹੀਂ ਦੇ ਹੋਣੀ ਤੇ ਕਰ ਡਿੱਗ ਜਾਣੇ ਇਦਾਂ ਕਿਉਂ ਨਹੀਂ ਹੋਇਆ ਇਹ ਬਹੁਤ ਸਾਰੇ ਹੁਣ ਇਹਦੇ ਵਿੱਚ ਪੱਕ ਨੇ ਤੁਸੀਂ ਦੇਖੋ ਬਹੁਤ ਇੰਡਸਟਰੀਜ਼ ਨੇ ਜਿਹੜੀਆਂ ਲਗਾਤਾਰ ਆਪਣੇ ਕੰਮ ਕਰ ਰਹੀਆਂ ਨੇ ਸਾਡੇ ਲੋਕ ਉਹਨਾਂ ਇੰਡਸਟਰੀ ਚ ਨੇ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਹੈ ਹਾਲਾਂਕਿ ਚੈਲੰਜ ਆਏ ਨੇ ਕਾਫੀ ਪਰ ਇਹਦੇ باوجود ਉਹ ਕੰਮ ਦੇ ਵਿੱਚ ਐਕਟਿਵਿਜ਼ਮ ਹੈ ਤੁਸੀਂ ਹੋਰ ਦੇਖੋ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਲੋਕ ਸਾਡੇ ਕਲਾਇੰਟਸ ਬਜਾਤੇ ਖੁਦ ਮੇਰੇ ਕੋਲ ਇਸ ਤਰ੍ਹਾਂ ਦੇ ਦਰਜ ਨਹੀਂ ਕਲਾਇੰਟਸ ਨੇ ਜਿਹੜੇ ਉਸ ਕੰਸਟਰਕਸ਼ਨ ਦੇ ਲਾ ਤੁਸੀਂ ਇੱਕ ਦਿਨ ਕਹੋ ਕਿ ਮੈਨੂੰ ਖਾਲੀ ਦਿਨ ਕੱਢ ਕੇ ਤੂੰ ਟਾਈਮ ਕੱਢ ਲੈ ਉਹ ਕਹਿੰਦਾ ਨਹੀਂ ਅੱਜ ਤਾਂ ਮੈਂ ਕੰਮ ਤੇ ਜਾਣਾ ਮੇਰਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਹ ਸਾਰੀ ਚੱਲ ਰਹੀ ਹੈ ਲਗਾਤਾਰ ਉਹ ਲੱਗੇ ਹੋਏ ਨੇ ਸੋ ਸਾਰੇ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਹਾਂ ਕੁਝ ਇੱਕ ਸਰਕਾਰਾਂ ਦੀ ਇਹ ਗੱਲ ਬਿਲਕੁਲ ਠੀਕ ਹੈ ਅੱਜ ਪੈਸੇ ਆ ਰਹੇ ਨਹੀਂ ਮੈਂ ਫਿਰ ਵੀ ਇਹ ਕਹਿਣਾ ਹੁੰਦਾ ਜਦੋਂ ਵੀ ਕੋਈ ਕਲਾਇੰਟ ਆਉਂਦਾ ਕਿ ਇਹ ਗੱਲ ਤੇ ਨਾ ਰਹੀ ਕਿ ਇਹ ਪੈਸੇ ਆਉਂਦੇ ਰਹਿਣੇ ਨੇ ਪੈਸੇ ਬੰਦ ਵੀ ਹੋ ਜਾਣੇ ਨੇ ਹੂੰ ਪਰ ਜੇ ਕਿਸ਼ਤਾਂ ਬਾਅਦ ਚ ਵੀ ਤੂੰ ਧਾਰ ਸਕਦਾ ਫੇਰ ਪ੍ਰਾਪਰਟੀ ਲਈ ਹੂੰ ਅਦਰਵਾਇਜ਼ ਨਹੀਂ ਹਾਂ ਇਹ ਗੱਲ ਦੇ ਵਿੱਚ ਵੀ ਨਾ ਰਹੀ ਕਿ ਇਹ ਪ੍ਰਾਪਰਟੀ ਇਹ ਇੱਕਦਮ ਡਿੱਗ ਪੈਣੀ ਹੈ ਸਸਤੀ ਹੋ ਜਾਣੀ ਹੈ ਮਾਰਕੀਟ ਬਾਰੇ ਭਵਿੱਖਬਾਣੀ ਇਸ ਤਰ੍ਹਾਂ ਦੀ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ ਪਿਛਲੀ ਵਾਰੀ ਕਈਆਂ ਨੇ ਕੀਤੀ ਬਹੁਤ ਵੱਡੀ ਇੱਕ ਮੁਗਾਲਤਾ ਖੜਾ ਕਰਨ ਵਾਲੀ ਸੀ ਨਾ 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 ਇਹ ਗਲਤ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੋਈ ਸੈਲਰਸ ਨੂੰ ਕਹਿ ਰਿਹਾ ਸੀ ਕੋਈ ਰੀਅਲਟਰ ਨੂੰ ਕਹਿ ਰਿਹਾ ਸੀ ਜਦਕਿ ਉਹਨਾਂ মিডিਆ ਪਰਸਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਸੀ ਕਿ ਅਸਲੀਅਤ ਕੀ ਹੈ ਅੱਜ ਮਹਾਰਾਣੀ ਵਾਲੀ ਗੱਲ ਹੈ ਉਹ ਆਪਣੇ ਪ੍ਰੋਗਰਾਮਾਂ 'ਚ ਮੈਂ ਕਈ ਸ਼ਖਸਾਂ ਨੂੰ ਦੇਖਿਆ ਕਿ ਹੁਣ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਲੱਗੇ ਹੋਏ ਨੇ ਬਹੁਤ ਵਧੀਆ ਜੀ ਠੀਕ ਆ ਜੀ ਹੁਣ ਪ੍ਰਾਪਰਟੀਆਂ ਖਰੀਦਣੀਆਂ ਚਾਹੀਦੀ ਹੈ ਪਹਿਲੀ ਵਾਰ ਇਹ ਗੱਲ ਜਦੋਂ ਆਪਣੀ ਚਰਚਾ ਚ ਹੋਈ ਜਦੋਂ ਤੁਸੀਂ ਉਹਨੂੰ ਪੇਸ਼ ਕੀਤਾ ਉਸ ਗੱਲ ਦੇ ਵਿੱਚ ਇੱਕੋ ਹੀ ਨੁਕਤਾ ਸੀ ਕਿ ਤੁਸੀਂ ਇਹ ਗਲਤ ਫਹਿਮੀ ਚ ਨਾ ਰਹੋ ਕਿ ਭਾਅ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਡਿੱਗ ਪੈਣਗੇ ਇਹ ਇਸੇ ਤਰ੍ਹਾਂ ਹੀ ਰਹਿਣਗੇ ਬਲਕਿ ਵਧਣਗੇ ਹੁਣ ਜਿਹੜੀ ਮੋਹਰ ਲੱਗੀ ਹੈ ਕਿ ਜੁਲਾਈ 2019 ਦੇ ਵਿੱਚ ਕੋਈ ਕੋਵਿਡ ਨਹੀਂ ਸੀ ਕੋਈ ਸੰਕਟ ਨਹੀਂ ਸੀ ਉਸ ਵੇਲੇ ਭਾਅ ਜਿਹੜੇ ਸਨ ਜਿਸ ਤਰ੍ਹਾਂ ਦੇ ਪ੍ਰਾਪਰਟੀ ਦੇ ਸਨ ਪ੍ਰਾਪਰਟੀ ਦੀ ਵਿਕਰੀ ਦੀ ਗਿਣਤੀ ਜਿੰਨੀ ਸੀ ਅੱਜ 220 ਦੇ ਵਿੱਚ ਉਦੋਂ ਵੱਧ ਹੋਈ ਹੈ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਮੰਗ ਲਗਾਤਾਰ ਵਧੀ ਹੋਈ ਹੈ ਤੇ ਇਹ ਮੰਗ ਜਾਰੀ ਰਹਿਣ ਦੀ ਸੰਭਾਵਨਾ ਵੀ ਨਜ਼ਰ ਆਉਂਦੀ ਹੈ ਤੇ ਡਾਕਟਰ ਸਾਹਿਬ ਮੁਰਗੀ ਦਾ ਕੀ ਹਾਲਤ ਹੈ ਇਸ ਵੇਲੇ ਹੋ ਰਹੀ ਹੈ ਲੋਕਾਂ ਦੀ ਸੌਖੀ ਮੁਰਗੀ ਜਿਆਦਾ ਮੁਸ਼ਕਲ ਹੋਈ ਹੈ ਇਹਦੇ ਕੋਈ ਤਬਦੀਲੀ ਆਈ ਹੈ ਇਹ ਪ੍ਰੋਪਰਟੀਆਂ ਥਰੂ ਹੋ ਰਹੀਆਂ ਜੀ ਇਹਦੇ 'ਚ ਇੱਕ ਪੱਖ ਹੈ ਕਿ ਜਿਨ੍ਹਾਂ ਨੂੰ ਤਾਂ ਨੌਕਰੀਆਂ ਜਿਨ੍ਹਾਂ ਦੀਆਂ ਸਾਡੇ ਇੱਕ ਕਲਾਇੰਟਸ ਨੇ ਜਿਹੜੇ ਕਿ ਹੋਟਲ ਮੈਨੇਜਮੈਂਟ ਦੇ ਵਿੱਚ ਸਨ ਹੋਟਲਾਂ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਦੀ ਜੌਬ ਜਿਹੜੀ ਹੈ ਉਹਨਾਂ ਨੂੰ ਲੇਆਫ ਕੀਤਾ ਉਹਨਾਂ ਨੂੰ ਜਿਹੜੀ ਉਹਨਾਂ ਦੀ ਜੌਬ ਲੈਟਰ ਆ ਉਹ ਮਿਲਣ ਦੇ ਵਿੱਚ ਦਿੱਕਤ ਆਈ ਸੋ ਮੁਸ਼ਕਲ ਆ ਉਹਨਾਂ ਦੇ ਲਈ ਪ੍ਰੋਬਲਮ ਸੀ ਪਰ ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿਨ੍ਹਾਂ ਦੇ ਵਿੱਚ ਐਸੀ ਸਮੱਸਿਆ ਨਹੀਂ ਹੈ ਉੱਥੇ ਮੌਰਗੇਜ ਹੋ ਰਹੀ ਹੈ ਪਰ ਕਿ ਇੰਟਰਸਟ ਰੇਟ ਥੋੜਾ ਔਨ ਕਰ ਫਾਇਦਾ ਫਾਇਦਾ ਇਹ ਹੈ ਕਿ ਬੰਦਾ ਕਹਿੰਦਾ ਵੀ ਹੁਣ ਮੈਨੂੰ ਇਸ ਵੜੇ ਇੰਨੇ ਕਿਤੇ ਮਿਲ ਜਾਣੀ ਹੈ ਮੇਰੀ ਕਿਸ਼ਤ ਛੋਟੀ ਬਣਨੀ ਹੈ ਤੇ ਮੈਂ ਕੁਆਲੀਫਾਈ ਜੇ ਕਰਦਾ ਸੋ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇਕਰ ਪਰਿਵਾਰ ਦੇ ਮੈਂਬਰਾਂ ਇਸ ਲਈ ਯੋਗ ਨੇ ਤਉ ਜ਼ਰੂਰ ਕਰਨ ਪਰ ਇੱਕ ਮੈਂ ਹਮੇਸ਼ਾ ਹੀ ਗੱਲ ਇਹ ਨਾ ਹੋਣਾ ਕਿ ਜੇਕਰ ਤੁਸੀਂ ਚਾਦਰ ਦੇਖ ਕੇ ਪੈਰ ਪ੍ਰਸਾਰਨ ਦੀ ਸੋਚਦੇ ਧਾਰਨੀ ਹੋ ਤਾਂ ਇਹ ਦੇਖੋ ਕਿ ਮੈਂ ਏਡੀ ਪ੍ਰਾਪਰਟੀ ਹਾਲਾਂਕਿ ਛੋਟੀਆਂ ਪ੍ਰਾਪਰਟੀ ਚ ਕੰਪੀਟੀਸ਼ਨ ਬਹੁਤ ਆ ਫਿਰ ਉਹੀ ਸਵਾਲ ਜਿਹੜਾ ਸਵਾਲ ਕਿ ਇਹਨਾਂ ਦੀ ਅਲੱਗ-ਅਲੱਗ ਜਿਹੜੇ ਸਰਵੇਖਣ ਸੀ ਜਾਂ ਐਲਾਨ ਕੀਤੇ ਗਏ ਸੀ ਕਿ ਜੀ 1 ਮਿਲੀਅਨ 1 ਲੱਖ ਥੱਲੇ ਪ੍ਰਾਪਰਟੀ ਦੇ ਰੇਟ ਆਉਣਗੇ ਜੀ ਉਹ ਦੱਸਿਆ ਨਹੀਂ ਉਹਨਾਂ ਨੇ ਉਹ ਕਨਫਿਊਜ਼ਿੰਗ ਸਟੇਟ ਸੀ ਸਟੇਟਮੈਂਟ ਸੀ ਕਿ ਕਿਹਦੇ ਚ ਆਉਣਗੇ ਉਹਨਾਂ ਚੋਂ ਜਿਹੜੇ ਬਹੁਤ ਉੱਚੇ ਕੀਮਤਾਂ ਨੇ ਉਹਨਾਂ ਚ ਆਏ ਵੀ ਨਹੀਂ ਉਹ ਘਟੀਆਂ ਵੀ ਨਹੀਂ ਪਰ ਜੇਕਰ ਆਪਾਂ ਦੇਖਦੇ ਹਾਂ ਕਿ ਮੇਰੀ ਸਮਰੱਥਾ ਕਿੰਨੀ ਹੈ ਉਹਦੇ ਮੁਤਾਬਕ ਤੁਸੀਂ ਕੁਝ ਲੈਨੇ ਹੋ ਤਾਂ ਤੁਸੀਂ ਆਪਣੀ ਜਿਹੜੀ ਕਿਰਾਏ ਤੇ ਪੈਸੇ ਖਰਾਬ ਕਰਨ ਦੀ ਜਿਹੜੀ ਸੋਚ ਹੈ ਉਸ ਤੋਂ ਮੁਕਤ ਹੋ ਜਾਨੇ ਹੋ ਸੋ ਜ਼ਰੂਰ ਇਸ ਵਿੱਚ ਐਕਟਿਵ ਹੋਣਾ ਚਾਹੀਦਾ ਅੱਜਕੱਲ ਤਾਂ ਲਿੰਕ ਬਹੁਤ ਨੇ realtor.link ਤੇ ਜਾਓ ਤੁਸੀਂ ਹੋਰ ਕਿੰਨਾ ਕੁਝ ਆ ਉਥੇ ਡਿਟੇਲਸ ਬਹੁਤ ਨੇ ਬੰਦੇ ਨੂੰ ਪੜ੍ਹਨਾ ਚਾਹੀਦਾ ਰੀਅਲ ਏਸਟੇਟ ਬਾਰੇ ਇੰਟਰਸਟ ਸੇ ਕਾਇਮ ਕਰੀਏ ਬਹੁਤ ਵੱਡੀ ਇੰਡਸਟਰੀ ਹੈ ਤੇ ਕਿਤੇ ਵੀ ਜਿਹੜਾ ਬਾયર ਦੇ ਤੌਰ ਤੇ ਵੀ ਬਣਦਾ ਉਹਨੂੰ ਪਹਿਲਾਂ ਹਾਲਾਂਕਿ ਮੈਂ ਇੱਕ ਗੱਲ ਮਹਿਸੂਸ ਕਰਦਾ ਹਾਂ ਏਜ ਰੀਅਲਟਰ ਜਿਹੜਾ ਖਰੀਦਦਾਰ ਆਉਂਦਾ ਨਾ ਉਹਨੂੰ ਅੰਡਰ ਐਸਟੀਮੇਟ ਨਹੀਂ ਕੀਤਾ ਜਾ ਸਕਦਾ ਉਹ ਸੇਲਰ ਤੋਂ ਵੀ ਜ਼ਿਆਦਾ ਜਾਣਕਾਰੀ ਲੈ ਕੇ ਆਉਂਦਾ ਕਈ ਵਰੀ ਹੂੰ ਉਹਨੇ ਆਲੇ-ਦੋਲੇ ਸਟੱਡੀ ਕੀਤੀ ਹੁੰਦੀ ਹੈ ਕਈ ਵਾਰ ਲੱਗਦਾ ਜੀ ਇਹਨੇ ਮਲਟੀਪਲ ਆਫਰ ਦੇਤੀ ਇਹ ਪਤਾ ਨਹੀਂ ਪਿੱਛੇ ਲੱਗਾ ਪਤਾ ਨਹੀਂ ਉਹਨੂੰ ਪਤਾ ਨਹੀਂ ਉਹਨੂੰ ਪਤਾ ਕਿ ਇਸ ਗੱਲ ਦੇ ਵਿੱਚ ਇਸ ਪ੍ਰਾਪਰਟੀ ਦੀ ਵੈਲਿਊ ਕੀ ਹੈ हां ਕੁਛਕ ਹੁੰਦੇ ਨੇ ਜਿਹੜੇ ਪ੍ਰਭਾਵ ਥੱਲੇ ਆ ਜਾਂਦੇ ਨੇ ਪਰ ਜ਼ਿਆਦਾਤਰ ਲੋਕ ਸੇਲਰ ਤੋਂ ਜ਼ਿਆਦਾ ਜਾਣਦੇ ਨੇ ਕਿ ਇਸ ਏਰੀਏ ਚ ਓਵਰਆਲ ਭਾਅ ਕਿੱਥੇ ਇੱਕੋ ਹੀ ਸ਼ਹਿਰ ਦਾ ਪੰਜ ਖੇਤਰਾਂ ਦੇ ਵਿੱਚ ਭਾਅ ਵੱਖਰਾ ਹੁੰਦਾ ਬਿਲਕੁਲ ਤੁਸੀਂ ਵੈਸਟ ਏਰੀਏ ਚ ਜਾਓ ਤਾਂ ਡਿਫਰੈਂਟ ਆ ਸਹੀ ਦੀ ਗੱਲ ਕਰ ਰਹੇ ਹੋ ਵੈਸਟ ਨਿਊਟਨ ਦੀ ਗੱਲ ਕਰ ਲਓ ਪੈਨੋਮਾਰਿਜ ਦੀ ਗੱਲ ਕਰ ਲਓ ਪੈਨੋਮਾ ਤੋਂ ਅੱਗੇ ਤੁਸੀਂ ਫਲੀਟਵੁੱਡ ਦੀ ਕਰ ਲਓ ਐਪਸਪੋਰਟ ਦੇ ਵਿੱਚ ਈਸਟ ਐਪਸਪੋਰਟ ਤੇ ਵੈਸਟ ਐਪਸਪੋਰਟ ਦੇ ਵਿੱਚ ਭਾਅ ਦਾ ਜਿਹੜਾ ਘੱਟੋ-ਘੱਟ 40-50 ਹਜ਼ਾਰ ਦਾ ਫਰਕ ਹੈ ਸੋ ਸਟੱਡੀ ਹੋਣੀ ਚਾਹੀਦੀ ਹੈ ਤੁਹਾਨੂੰ ਆਪ ਤੁਸੀਂ ਪੜੋ ਤੇ ਉਹਦਾ ਬੜਾ ਫਾਇਦਾ ਹੋਏਗਾ ਇੱਕ ਰਕਸ਼ਾ ਇਹਦੇ ਵਿੱਚ ਜਿਹੜਾ ਖਾਸ ਮੁਖਤਸਰ ਸੀ ਇਸ ਸਾਰੇ ਕੁਸ਼ਤੇ ਵਿੱਚ ਧਿਆਨ ਮੰਗਦਾ ਸੀ ਕਿ ਮਤਲਬ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਹੁਣ ਲੋਕ ਕਹਿੰਦੇ ਵੀ ਜਦੋਂ ਸਰਪ ਖਤਮ ਹੋ ਗਈ ਵਿਦਮਿਸਟਰ ਨੂੰ ਏਡ ਖਤਮ ਹੋ ਗਈ ਜਾਂ ਦੂਜਾ ਸਾਰਾ ਕੁਝ ਨਿਬੜ ਗਿਆ ਜਿਹੜੀਆਂ ਡਿਫਰ ਹੋਈਆਂ ਸੀ ਪੇਮੈਂਟ ਉਹ ਖਤਮ ਹੋ ਗਈਆਂ ਉਹਦੇ ਤੋਂ ਬਾਅਦ ਮਾਰਕੀਟ ਥੱਲੇ ਆ ਜਾਊਗੀ ਨਵੰਬਰ ਦਸੰਬਰ ਤੱਕ ਕੋਈ ਸੰਭਾਵਨਾ ਲੱਗਦੀ ਹੈ ਵੈਸੇ ਐਨਲਿਸਿਸ ਜਿਹੜਾ ਅਸੀਂ ਪਹਿਲਾਂ ਵੀ ਆਇਆ ਸੀ ਜਿਹਦੇ ਵਿੱਚ ਲੱਖ ਡਾਲਰ ਥੱਲੇ ਆਉਣ ਦੀਆਂ ਗੱਲਾਂ ਸੀ ਉਹ ਵੀ ਇਹ ਸੀ ਕਿ 2022 ਤੱਕ ਫੇਰ ਠੀਕ ਹੋ ਜਾਣਾ ਪਰ ਆ ਹੁਣ ਥੱਲੇ ਜਾਣ ਗਈਆਂ ਕਿ ਕਿ ਦੇ ਅੱਧ ਤੱਕ ਇਸ ਤਰ੍ਹਾਂ ਹੋਣ ਮੈਨੂੰ ਲੱਗਦਾ ਇਦਾਂ ਜਿਵੇਂ ਤੁਰਿਆ ਗਿਆ 21 ਦਾ ਅੱਧ ਤੱਕ ਆਇਆ ਪਿਆ ਹੁਣ ਤੁਸੀਂ ਜਿਸ ਜਿਹੜਾ ਇਹ ਪ੍ਰਭਾਵ ਹੈ ਜਿਸ ਤਰ੍ਹਾਂ ਦਾ ਚੱਲ ਰਿਹਾ ਤੁਸੀਂ ਦੇਖੋ ਕਿ ਇੱਕਦਮ ਹੀ ਥੱਲੇ ਡਿੱਗ ਪਏਗਾ ਲਗਦਾ ਕੋਈ ਇਦਾਂ ਵੀ ਕੋਈ ਕਿਸ ਤਰ੍ਹਾਂ ਇਹ ਕਿਵੇਂ ਹੋਏਗਾ ਜਿਹੜਾ ਕਿ ਅੱਜ ਜੇ ਪ੍ਰਾਪਰਟੀ ਜਿਹੜੀ ਹੈ ਜਿਸ ਵੈਲਿਊ ਤੇ ਜਾ ਰਹੀ ਹੈ ਆਉਂਦੇ 4 ਮਹੀਨੇ ਬਾਅਦ ਪ੍ਰਾਈਸ ਡਿੱਗ ਪਏਗਾ ਇਹ ਕਿਸ ਤਰ੍ਹਾਂ ਹੋਏਗਾ ਨਹੀਂ ਹੋਏਗਾ ਇਹ ਵੀ ਗਲਤ ਹੈ ਇਹ ਜਿਹੜੀ ਕੋਈ ਧਾਰਾ ਜਿਸ ਤਰ੍ਹਾਂ ਦੀ ਛਲ ਵੀ ਜਾਂਦੀ ਹੈ ਨਾ ਇਹ ਅੱਗੇ ਤੱਕ ਜਾਂਦੀ ਹੈ ਇਹਨੇ ਪ੍ਰਭਾਵ ਪਾਉਣਾ ਸੋ ਜੇ 2022 ਚ ਆਪ ਹੀ ਮੰਨਦੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਮਾਰਕੀਟ ਡਿੱਗਣੀ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਇਸ ਗੱਲ ਦੇ ਵਿੱਚ ਰਤਾ ਵੀ ਮਨ ਦੇ ਵਿੱਚ ਦੁਬਿਧਾ ਨਹੀਂ ਰੱਖਣੀ ਚਾਹੀਦੀ ਬੰਦੇ ਨੂੰ ਕਿ ਮੈਂ ਸਮਰੱਥ ਨਹੀਂ ਐ ਮੈਂ ਹੁਣ ਲੈ ਲਾ ਪਤਾ ਨਹੀਂ ਅੱਗੇ ਕੀ ਹੋਏਗਾ ਐਸਾ ਵੀ ਨਹੀਂ ਹੋਏਗਾ ਹੂੰ ਇਹ ਬਹੁਤ ਵੱਡੀ ਗਲਤਫਹਿਮੀ ਐ ਜੇ ਅੱਜ ਤੁਸੀਂ ਮਸਾਂ ਮਸਾਂ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦੇ ਹੋ ਤੁਸੀਂ ਠੀਕੋ ਕੋਈ ਆਉਣ ਹੀ ਜੱਗੋ ਤੇਰਵੀਂ ਨਹੀਂ ਹੋਣ ਲੱਗੀ ਇਹ ਸਾਰਾ ਸਿਲਸਿਲਾ ਚੱਲੀ ਜਾਂਦਾ ਪਰ ਜੇ ਤੁਸੀਂ ਇਹ ਸੋਚੋ ਵੀ ਕੀਮਤਾਂ ਡਿੱਗ ਪੈਣੀਆਂ ਜੀ ਬਸ ਹੁਣ ਹੁਣ ਤਾਂ ਰੁਕ ਜਾਓ ਬਸ ਸਾਰਾ ਕੁਝ ਆਇਆ ਗਿਆ ਕਈਆਂ ਨੇ ਗਲਤੀਆਂ ਕੀਤੀਆਂ ਹੂੰ ਮਗਰ ਲੱਗ ਕੇ ਕਿਸੇ ਨੀਮ ਹਕੀਮ ਖਤਰਾ ਜਾਣ ਉਹਦੇ ਪਿੱਛੇ ਲੱਗ ਕੇ ਕੀ ਕੀਤਾ ਕਰ ਵੇਚ ਤੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਕਰ ਲੈ ਲਈ ਹੁਣ ਬਰਾਬਰ ਨਹੀਂ ਨਹੀਂ ਪਾਜੀ ਮਾਰਕੀਟ ਡਿੱਗ ਪੈਣੀ ਆ ਉਹ ਹੁਣ 50 50000 ਚੱਕੀ ਬੈਠੇ ਆ ਉਹਨਾਂ ਨੂੰ ਲੱਭਦੇ ਨਹੀਂ ਅੱਗੇ ਹਮ ਹੁਣ ਟਿਕਾਣਾ ਨਹੀਂ ਮਿਲ ਰਿਹਾ ਕਿਰਾਏ ਤੇ ਬੈਠੇ ਨੇ ਇਹ ਗੱਲ ਪਹਿਲਾਂ ਵੀ ਹੋਈ ਸੀ ਪਹਿਲਾਂ ਕੁਝ ਵਾਰੇ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਜਦੋਂ 50 ਹਜ਼ਾਰ ਵੱਧ ਸੈਲਰੀ ਨੂੰ ਮਿਲਣੇ ਲੱਗੇ ਆ ਉਹਨਾਂ ਨੇ ਜੇਬ ਵਿੱਚ ਪਾਇਆ ਤੇ ਉਹ ਕਹਿੰਦੇ ਵੀ ਹੁਣ ਟਿਕ ਜੋ ਆਪਾਂ ਠਹਿਰ ਕੇ ਲਵਾਂਗੇ ਯਕੀਨ ਮੰਨਿਓ ਕਿ ਉਹਨਾਂ ਹੀ ਸੈਲਰ ਨੇ ਉਹਨਾਂ ਹੀ ਬਾયર ਨੂੰ ਕਈ ਕੇਸਾਂਾਂ ਦੇ ਵਿੱਚ ਲੱਖ ਡਾਲਰ ਦੇ ਕੇ ਬੈਕ ਪ੍ਰਾਪਰਟੀਆਂ ਲਈਆਂ ਉਹ ਹੈਰਾਨ ਸਨ ਤੇ ਉਹਨਾਂ ਦਾ ਪਛਤਾਵਾ ਜਿਹੜਾ ਸੀ ਜਿਸ ਕਿਸਮ ਦਾ ਸੀ ਉਹ ਇੱਕ ਤਰ੍ਹਾਂ ਬਹੁਤ ਵੱਡੀ ਚਿੰਤਾ ਵਾਲਾ ਸੀ ਸੋ ਜੇਕਰ ਤੁਸੀਂ ਸਮਰੱਥ ਨਹੀਂ ਫੇਰ ਕਾਲੀ ਨਹੀਂ ਕਰਨੀ ਪਰ ਜੇ ਜੋਗ ਹੋ ਇਹ ੜੀ ਕਰਨੀ ਗਲਤ ਹੈ ਕਿ ਮੈਂ ਅੱਗੇ ਜਾ ਕੇ ਇਹ ਦੇਖੂੰਗਾ ਹਾਂ ਇਹ ਗੱਲ ਕਹਿਣੀ ਔਖੀ ਹੁੰਦੀ ਹੈ ਫਿਰ ਮੈਂ ਉੱਥੇ ਆ ਕਿ ਆਪਾਂ ਕੋਵਿਡ ਆਇਆ ਕਿਸ ਨੂੰ ਪਤਾ ਨਹੀਂ ਸੀ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਬਹੁਤ ਲੋਕਾਂ ਦੇ ਲਈ ਨੁਕਸਾਨ ਦੇ ਪੈਦਾ ਹੋਇਆ ਕਈ ਹੋਰ ਚੀਜ਼ਾਂ ਆ ਸਕਦੇ ਨੇ ਅਚਨਚੇਤ ਹੀ ਕਈ ਘਟਨਾਵਾਂ ਹੁੰਦੀਆਂ ਨੇ ਪਰ ਰੀਅਲ ਸਟੇਟ ਦੀ ਮਾਰਕੀਟ ਇੱਕ ਬੜੀ ਵਧੀਆ ਮਾਰਕੀਟ ਹੈ ਇਸ ਦਾ ਦਿਲਚਸਪੀ ਨਾਲ ਮੁਲਾਂਕਣ ਖੁਦ ਕਰਨਾ ਚਾਹੀਦਾ ਹੈ ਅਸੀਂ ਆਪਾਂ ਕਿਹੜਾ ਤੇ ਰੀਅਲ ਏਸਟੇਟ ਦੇ ਪਿਛੋਕੜ ਤੋਂ ਆਏ ਆ ਜੀ ਜੀ ਜੇ ਇੱਥੇ ਆ ਕੇ ਆਪਾਂ ਸਟੱਡੀ ਕਰ ਸਕਦੇ ਹਰ ਕਿਸੇ ਨੂੰ ਜ਼ਰੂਰੀ ਨਹੀਂ ਕਿ ਹਰੇਕ ਨੇ ਰੀਅਲਟਰੀ ਬੰਡਣਾ ਪਰ ਪੜੋ ਜ਼ਰੂਰ ਅਸੀਂ ਜਾਣਕਾਰੀ ਮੈਂ ਆਪਣੀ ਵੈਬਸਾਈਟ ਤੇ ਬਹੁਤ ਜਾਣਕਾਰੀ ਮਹੀਆ ਕਰਦਾ ਹੋਰ ਬੜੇ ਸਰੋਤ ਨੇ ਚੈਨਲ ਪੰਜਾਬੀ ਤੇ ਆਗਾਹੇ ਬਗਾਹੇ ਆਪਾਂ ਗੱਲਾਂ ਕਰਦੇ ਰਹਿੰਦੇ ਆ ਤੁਹਾਡੇ ਪ੍ਰੋਗਰਾਮਾਂ 'ਚ ਗੱਲਬਾਤ ਤੁਸੀਂ ਗੁਰਪ੍ਰੀਤ ਸਿੰਘ ਸਾਹਿਬ ਹੁੰਦਾ ਆਪਣੀ ਟਾਕ ਸ਼ੋਅ ਚ ਕਰ ਮੈਨੂੰ ਲੱਗਦਾ ਕਿ ਰੋਜ਼ ਅਸੀਂ ਫੋਲੋਅ ਅਪ ਕਰੀਏ ਅਸੀਂ ਮਾਰ ਨਹੀਂ ਖਾਂਦੇ ਮਾਰਕੀਟ ਜਿਹੜੀ ਹੈ ਇਸ ਜਿਹੜੇ ਕਾਫੀ ਗਰਮ ਵੀ ਕਹਿ ਸਕਦੇ ਆ ਇਹਨੂੰ ਐਕਟਿਵ ਹੈ ਤੇ ਕੀਮਤਾਂ ਜਿਹੜੀਆਂ ਵਧੀਆਂ ਵੀ ਨੇ ਪਰ ਇੰਨੀਆਂ ਵੀ ਨਹੀਂ ਕਿ ਬੰਦਾ ਅਫੋਰਡ ਨਹੀਂ ਕਰ ਸਕਦਾ ਇਹ ਵੀ ਗਲਤ ਹੈ। ਇਸ ਵੇਲੇ ਜਿਹੜੀ ਫਰੇਜ਼ਰ ਵੈਲੀ ਜਾਂ ਜੀਟੀ ਇੱਥੇ ਜਿਹੜਾ ਗ੍ਰੇਟਰ ਵੈਂਕੂਵਰ ਦੇ ਵਿੱਚ ਕਿਹੜੀ ਚੀਜ਼ ਦੇ ਵੱਲ ਜ਼ਿਆਦਾ ਲੋਕ ਆਕਰਸ਼ਿਤ ਨੇ ਜਿਹੜੇ ਬਹੁਤ ਜ਼ਿਆਦਾ 5 ਮਿਲੀਅਨ 10 ਮਿਲੀਅਨ ਵਾਲੇ ਘਰ ਉਹ ਬਹੁਤ ਜ਼ਿਆਦਾ ਡਿੱਗ ਪਿਆ ਟਾਊਨ ਹਾਊਸਸ ਦੇ ਵਿੱਚ ਕੋਈ ਲੋਕ ਜ਼ਿਆਦਾ ਖਰੀਦ ਰਹੇ ਆ ਕਾਂਡੋਜ਼ ਵੱਲ ਜਾਂ ਇੱਕ ਬੇਸਮੈਂਟ ਵਾਲਾ ਘਰ ਕੋਈ ਟ੍ਰੈਂਡ ਖਾਸ ਹੈ ਇਹਦੇ ਵਿੱਚ ਸਿੰਗਲ ਫੈਮਿਲੀ ਹੋਮ ਅੱਛਾ ਜੀ ਸਿੰਗਲ ਫੈਮਿਲੀ ਹੋਮ ਭਾਵੇਂ ਜਿਹੜਾ ਆਮ ਕਰ ਹੈ ਉਹਦੇ ਚ ਸੂਟ ਹੋਵੇ ਤਾਂ ਬਹੁਤ ਵਧੀਆ ਨਹੀਂ ਤਾਂ ਰੈਂਚਰ ਕਈ ਨਹੀਂ ਉਹਨਾਂ ਦੀ ਕੀਮਤ ਥੋੜੀ ਘੱਟ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਜਿਹੜੇ ਦਰਮਿਆਨੀ ਕਿਸਮ ਦੇ ਸਿੰਗਲ ਫੈਮਿਲੀ ਹੋਮ ਨੇ ਉਹ ਜਿਹੜੇ ਕਿ ਜੇ ਸਰੀ ਦੇ ਵਿੱਚ ਮੈਂ ਉਦਾਹਰਨ ਦਿਆਂ ਤੇ 10 ਤੋਂ 11 ਦੇ ਵਿੱਚਕਾਰ ਜਿਹੜੇ ਚੱਲਦੇ ਨੇ ਜਾਂ 9 ਤੋਂ 11 ਦੇ ਵਿੱਚਕਾਰ ਚੱਲਦੇ ਨੇ ਇਸੇ ਤਰ੍ਹਾਂ ਐਬਸ ਬੋਰਡ ਦੇ ਵਿੱਚ ਜੇ 7 ਲੱਖ ਤੋਂ ਲੈ ਕੇ 8.5 9 ਦੇ ਵਿੱਚਕਾਰ ਨੇ ਮਿਸ਼ਨ ਦੇ ਵਿੱਚ 6.5 ਤੋਂ 8.5 ਚਿਲਾ ਬੈਕ ਦੇ ਵਿੱਚ 5.5 6 ਤੋਂ ਲੈ ਕੇ 7 ਦੇ ਵਿੱਚਕਾਰ ਸੋ ਇਹ ਇਹ ਨਹੀਂ ਜਿਆਦਾ ਹਾਂ ਉਹਨਾਂ ਤੋਂ ਬਾਅਦ ਜਿਹੜੇ ਟਾਊਨ ਹਾਊਸ ਵੀ ਆਉਂਦੇ ਨੇ ਉਹਨਾਂ ਤੋਂ ਬਾਅਦ ਆਉਂਦੇ ਨੇ ਪਰ ਕਿਉਂਕਿ ਮਾਰਗੇਜ ਦਾ ਸਹਾਰਾ ਮਿਲ ਜਾਂਦਾ ਤੇ ਇੱਕ ਸੁਜੈਸ਼ਨ ਇਹ ਹੁੰਦਾ ਹਰੇਕ ਦਾ ਤੇ ਰੀਅਲਟੇਟਰ ਦਾ ਵੀ ਉਹਨਾਂ ਨੂੰ ਸੁਨੇਹਾ ਹੁੰਦਾ ਜੇਕਰ ਤੁਸੀਂ ਆਪਣੀ ਇਹ ਜਿਹੜੀ ਸਟ੍ਰਾਟਾ ਫੀਸ ਬਚਾਉਣੀ ਹੈ 5 400 ਇਸ ਤਰ੍ਹਾਂ ਫਿਰ ਵੀ ਤੁਸੀਂ ਇਹਦੇ 'ਚ ਆਪਣੀ ਚੁਆਇਸ ਨਹੀਂ ਪੂਰੀ ਕਰ ਸਕਦੇ ਜੇ ਆਫੋਰਡ ਕਰ ਸਕਦੇ ਹੋ ਤਾਂ ਥੋੜਾ ਜਿਹਾ ਜੇ ਤੁਸੀਂ ਘਰ ਦੇ ਵਾਸਤੇ ਕੁਆਲੀਫਾਈ ਕਰਦੇ ਹੋ ਪਹਿਲਾਂ ਬੈਂਕ ਵਾਲਿਆਂ ਨੂੰ ਇਹ ਪੁੱਛੋ ਫਿਰ ਬੈਂਕ ਵਾਲੇ ਇਸ ਗੱਲ ਦਾ ਐਨਾਲਿਸਿਸ ਕਰਦੇ ਨੇ ਕਿ ਯੈਸ ਤੁਸੀਂ ਇਸ ਤਰ੍ਹਾਂ ਸਵੀਟ ਵਾਲਾ ਘਰ ਲੈ ਲਓ ਜਿਹਦੇ ਚ ਰੈਂਟਲ ਇਨਕਮ ਹੋ ਜਾਏ ਸੋ ਅਨਥੋਰਾਈਜ਼ਡ ਐਂਡ ਲੀਗਲ ਸਵੀਟ ਜਿਹੜੇ ਆ ਉਹਨਾਂ ਦੇ ਵਿੱਚੋਂ ਲੈ ਕੇ ਉਹਨਾਂ ਦੀ ਵਿਕਰੀ ਬਹੁਤ ਹੈ ਜਿਹੜੇ ਥੋੜੇ ਹਾਈ ਲੈਵਲ ਤੇ ਨੇ ਮਿਡਲ ਕਲਾਸ ਤੋਂ ਉੱਪਰਲੇ ਆ ਉਹਨਾਂ ਦੀ ਵਿਕਰੀ ਚ ਉਨੀ ਐਕਟੀਵਿਟੀ ਨਹੀਂ ਪਰ ਹੈ ਕਮਾਲ ਹੈ ਕਿ ਉਹ ਵੀ ਘਰ ਜਿਹੜੇ ਖੜੇ ਹੋਏ ਸੀ ਉਹ ਵੀ ਨਿਕਲੇ ਆ ਲੋਕਾਂ ਦੇ ਜਿਹੜੇ ਘਰ ਆ ਕਾਫੀ ਚਿਰ ਤੋਂ ਅੜੇ ਹੋਏ ਸੀ ਪਰ ਇਹ ਵਿੱਚ ਮੈਂ ਫੇਰ ਹੀ ਗੱਲ ਕਹਿਣਾ ਮੈਂ ਇੱਕ ਦਿਲਚਸਪ ਪਹਿਲੂ ਆ ਉਹਦੇ 'ਚ ਟਿੱਪਣੀ ਕਰਨਾ ਚਾਹਣਾ ਇਹ 'ਚ ਸਮੇਂ ਦਾ ਗੇੜ ਵੀ ਹੁੰਦਾ ਕਿਹੋ ਜਿਹਾ ਡਿਮਾਂਡ ਵੱਧ ਗਈ ਸਪਲਾਈ ਘਟ ਗਈ ਅੱਜ ਮੈਂ ਲਿਸਟਿੰਗ ਏਜੰਟ ਆ ਮੇਰੇ ਸਮੇਂ ਮਾਹੌਲ ਹੀ ਇਦਾਂ ਦਾ ਬਣ ਗਿਆ ਕਿ ਘਰ ਵਿਕੀ ਰ ਜਾ ਰਹੇ ਆ ਪਰ ਇਹ ਸਾਡੇ ਅੰਦਰ ਇਹ ਗੱਲ ਵੀ ਜਿਹੜੀ ਆ ਸਾਡੇ 'ਚ ਕੰਪਲੈਕਸ ਨਹੀਂ ਹੋਣਾ ਚਾਹੀਦਾ ਕਿ ਮੈਂ ਪ੍ਰਾਪਰਟੀ ਜਿਹੜੀ ਵੇਚ ਸਕਦਾ ਇਹ ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਉਹੀ ਪ੍ਰਾਪਰਟੀ ਨੂੰ ਮੇਰੇ ਤੋਂ ਪਹਿਲਾਂ ਪੰਜ ਰੀਅਲਟੇਰ ਨੇ ਲਿਸਟ ਕੀਤਾ ਪਰ ਉਸ ਵੇਲੇ ਨਹੀਂ ਸੀ ਉਹ ਐਕਟੀਵਿਟੀ ਤੇ ਉਹ ਪ੍ਰਾਪਰਟੀ ਨਹੀਂ ਵੇਖ ਸਕੀ ਤੇ ਮੇਰੇ ਤੋਂ ਵੇਚ ਗਈ ਮੈਂ ਇਸ ਹੌਮੇ ਜਾਂ ਇਸ ਕੰਪਲੈਕਸ ਦਾ ਸ਼ਿਕਾਰ ਨਾ ਹੋਵਾਂ ਕਿ ਮੇਰੇ ਵਰਗਾ ਰਿਲਟਰ ਕੌਣ ਆ ਜੀ ਮੈਂ ਵੇਚਦੀ ਇਹ ਸਮਾਂ ਹੀ ਹੁੰਦਾ ਕਈ ਵਾਰੀ ਸੀ ਫਾਰਮ ਜਿਹੜੇ ਆ ਫਾਰਮਾਂ ਦੀ ਐਕਟੀਵਿਟੀ ਵੀ ਚੱਲ ਰਹੀ ਆ ਹੁਣ ਬਲੂਬੇਰੀ ਦਾ ਸੀਜ਼ਨ ਹੈ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਫਾਰਮ ਦੇਖਣਾ ਹੁੰਦੇ ਨੇ ਜਿਹੜੇ ਬੰਦੇ ਦੇਖਦੇ ਨੇ ਕਿ ਫਾਰਮ ਮੈਂ ਖਰੀਦਣਾ ਕਿਉਂਕਿ ਸਾਡੇ ਬਹੁਤ ਆਤ ਗਿਣਤੀ ਦੇ ਵਿੱਚ ਬਾਇਰ ਫਾਰਮਰਸ ਵੀ ਨੇ ਬਾਇਰ ਉਹਨਾਂ ਚ ਨਹੀਂ ਜਿਹੜੇ ਉਹ ਦੇਖਦੇ ਨੇ ਕਿ 10 ਏਕੜ ਜਾਂ 20 ਏਕੜ ਅਸੀਂ ਲੈ ਕੇ ਜਿਹੜਾ ਅਫੋਰਡ ਕਰ ਸਕਦੇ ਆ ਹਾਲਾਂਕਿ 베ਰੀ ਦੀ ਕੀਮਤ ਵੀ ਕੋਈ ਬਹੁਤ ਹੀ ਵਧੀਆ ਨਹੀਂ ਹੈਂਡ ਪਿਕਰ ਬਹੁਤ ਘੱਟ ਮਿਲੇ ਨੇ ਖੁਦ 베ਰੀ ਦੇ ਫਾਰਮ ਦਾ ਓਨਰ ਹੋਣ ਦੇ ਨਾਤੇ ਇਸ ਗੱਲ ਦਾ ਦਰਦ ਵੀ ਅਸੀਂ ਮਹਿਸੂਸ ਕਰਦੇ ਆ ਉਹਨਾਂ ਨੂੰ ਕੋਈ ਚੈੱਕ ਵੀ ਨਹੀਂ ਮਿਲੇ ਬੇਰੀ ਵਾਲਿਆਂ ਨੂੰ ਉਹਨਾਂ ਦੇ ਵਾਸਤੇ ਇਹ ਵੀ ਨਹੀਂ ਕਿ ਤੁਹਾਡੀ ਬੇਰੀ ਜਿਹੜੀ ਹੈ ਹੁਣ ਖਰਾਬ ਹੋ ਰਹੀ ਹੈ ਤੁਸੀਂ ਸਾਰੀ ਫਰੈਸ਼ ਚ ਜਾ ਹੀ ਨਹੀਂ ਰਹੀ ਸਾਰੀ ਮਸ਼ੀਨ ਦੇ ਵਿੱਚ ਹੀ ਜਾ ਰਹੀ ਹੈ ਤੁਸੀਂ ਕਿਵੇਂ ਕਰੋਗੇ ਉਹਨਾਂ ਦੇ ਵਾਸਤੇ ਬਹੁਤ ਸੰਕਟ ਹੈ ਲੇਕਿਨ ਇਸ ਦੇ ਬਾਵਜੂਦ ਇੱਕ ਆਸਰਾ ਜਿਹਾ ਹੁੰਦਾ ਹੈ ਕਿ ਮੇਰੀ ਮਾਰਗੇਜ ਜਿਹੜੀ ਹੈ ਇਹ ਬੇਰੀ ਦੇ ਨਾਲ ਚੱਲ ਸਕਦੀ ਹੈ ਫਾਰਮ ਕ੍ਰੈਡਿਟ ਕੈਨੇਡਾ FCC ਉਸ ਨੂੰ ਕੁਆਲੀਫਾਈ ਕਰ ਦਿੰਦੀ ਹੈ ਸੋ ਫਾਰਮ ਵਾਲੇ ਵੀ ਬਹੁਤ ਸਾਰੇ ਹੁੰਦੇ ਨੇ ਪਰ ਕਈ ਫਾਰਮ ਬੜਾ ਚਿਰ ਤੋਂ ਅੜੇ ਹੁੰਦੇ ਨੇ ਕਿਸੇ ਰੀਅਲਟਰ ਨੇ ਵੇਚਦੇ ਸਮਾਂ ਦਾ ਗੇੜ ਸੀ ਉਹਨੇ ਵੇਚ ਲਿਆ ਸੋ ਇਹ ਕੋਈ ਦਾਵਾ ਨਹੀਂ ਹੈ ਸੋ ਮੈਂ ਇਹ ਸਮਝਦਾ ਕਿ ਇਹ ਇੱਕ ਟ੍ਰੈਂਡ ਹੁੰਦਾ ਤੇ ਅੱਜ ਦਾ ਟ੍ਰੈਂਡ ਜਿਹੜਾ ਹੈ ਇਸ ਵੇਲੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਮਾਰਕੀਟ ਕੱਲੇ ਬਾਏਰ ਦੀ ਹੈ ਸੈਲਰ ਦੀ ਮਾਰਕੀਟ ਵੀ ਹੈ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤੁਸੀਂ ਬਹੁਤ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਲੋਕ ਆਪਣੀ ਭਾਸ਼ਾ ਦੇ ਵਿੱਚ ਸਿੱਧੀ-ਸਿੱਧੀ ਕਰ ਜਾਣਨਾ ਚਾਹੁੰਦੇ ਵੇ ਮਾਰਕੀਟ ਦੇ ਵਿੱਚ ਹੈ ਕਿ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਤੇ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ ਤੇ ਇਹ ਸੈਗਮੈਂਟ ਜਿਹੜੀ ਹੈ ਇਸ ਨੂੰ ਨਿਰੰਤਰ ਜਾਰੀ ਰੱਖਣ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਾਫੀ ਜਾਣਕਾਰੀ ਹੋ ਸਕਦੀ ਹੈ ਸੋ ਗਾਹੇ-ਬਗਾਹੇ ਆਪਾਂ ਗੱਲਬਾਤ ਕਰਦੇ ਰਹਾਂਗੇ ਹਾਰਦਿਕ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਦੋਸਤੋ ਇਹ ਸੰਨ ਡਾਕਟਰ ਗੁਰਿੰਦਰ ਸਿੰਘ ਢਾਲੀਵਾਲ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਰੀਅਲ اسٹیਟਸ ਬੰਦੀ ਬਹੁਤ ਸਾਰੇ ਸਾਡੇ ਸਵਾਲ ਹੁੰਦੇ ਆ ਔਰ ਘਰ ਇੱਥੇ ਸਿਰਫ ਰਹਿਣ ਵਾਲੀ ਥਾਂ ਨਹੀਂ ਤੁਹਾਡੀ ਐਕੁਇਟੀ ਉਹ ਸੈਕਿਉਰਿਟੀ ਦੇ ਵਿੱਚੋਂ ਫਿਰ ਪੈਸਾ ਕੱਢਣਾ ਉਸ ਪੈਸੇ ਦੇ ਨਾਲ ਬਿਜ਼ਨਸ ਸ਼ੁਰੂ ਕਰਨੇ ਇਹ ਸਾਡਾ ਇੱਥੇ ਦਾ ਜਿਹੜਾ ਟ੍ਰੈਂਡ ਵੀ ਰਿਹਾ ਲੋਕਾਂ ਦਾ ਇਹ ਬਹੁਤ ਇੱਕ ਰੁਝਾਨ ਵੀ ਹੈ ਸੋ ਉਹਦੇ ਬਾਰੇ ਤੁਹਾਡੇ ਨਾਲ ਅਪਰੇਟ ਦਿੱਤੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਹਰ ਹਫ਼ਤੇ ਜਾਂ ਇੱਕ ਹਫ਼ਤਾ ਛੱਡ ਕੇ ਡਾਕਟਰ ਗੁੰਦਰ ਸਿੰਘ ਤਾਲੇਵਾਲ ਉਹਨਾਂ ਦੇ ਨਾਲ ਰੀਅਲ ਏਸਟੇਟ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ